एमएलए रुपिंदर सिंह हैप्पी दे नाल गलबात जा रही है ते उना दे हलके दे विच आए ने उना दे हलके दे विच लोकां नाल गलबात करन पहुंचे सी रुपिंदर जी क्योंकि अक्सर उन्होंने कहा कि 5 घंटे वो अपने ऑफिस विच देंदे लेकिन उस तो बाद जिथे लोकी उन्हां नूं बुलांदे उत्थे पहुंच जांदे है। कई बार अजिहा समा भी आंदा है क्योंकि मौसम भी अच्छा है ते अज इत्थे मिलन पहुंचे रुपिंदर जी लोकां दे नाल तुसीं मिले है ना तुसीं इन्हां दा दुख दर्द समझदे हो महिलावां सब तो ज़्यादा प्राथमिकता इस बार आम आदमी पार्टी ने कहा असीं महिलावां नूं देवांगे है ना ते इन्हां दे विच आंदे हो ਕਿੱਦਾਂ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ ਜਦੇ ਤੁਹਾਡੇ ਤੋਂ ਐਕਸਪੈਕਟ ਕਰਦੇ ਹੈ ਕਿ ਸਾਡਾ ਐਮਐਲਏ ਸਾਡੇ ਵਾਸਤੇ ਇਹ ਕਰੇਗਾ? ਸਭ ਤੋਂ ਪਹਿਲਾਂ ਬਹੁਤ ਦਰਦ ਮਹਿਸੂਸ ਹੁੰਦਾ ਜੀ ਕਿਉਂਕਿ ਅਸੀਂ ਇਹਨਾਂ ਦਾ ਪੈਸਾ ਜਿਹੜੇ ਪਹਿਲਾਂ ਸੀਗਾ ਸਿਸਟਮ ਉਹੀ ਨਹੀਂ ਪਹੁੰਚਾ ਸਕਿਆ ਗਿਆ। ਕਾਰਨ ਕੀ ਸੀਗਾ? ਸਿਰਫ ਕੁਛ ਵੀ ਕੰਮ ਨਹੀਂ ਸੀਗਾ, ਕੋਈ ਬਹੁਤ ਵੱਡਾ ਕੰਮ ਨਹੀਂ ਸੀ ਕਰਨ ਵਾਲਾ, ਇਹ ਇਹਨਾਂ ਦੇ ਪੈਸਾ ਦੀ ਤੁਸੀਂ ਇਹਨਾਂ ਤੱਕ ਨਹੀਂ ਪਹੁੰਚਦਾ ਸੀਗਾ। ਸੋ ਅਸੀਂ ਉਹ ਜਿਹੜਾ ਗੈਪ ਹੈ ਇੱਕ ਉਹਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਤੁਸੀਂ ਦੇਖ ਲਓ ਮੈਨੂੰ ਤੁਸੀਂ ਬਾਏ ਫੇਸ ਬਾਏ ਨੇਮ ਵੀ ਜਾਣਦੇ ਨੇ ਸਾਰੇ, ਕਿਉਂਕਿ ਮੈਂ ਇਹ ਨਹੀਂ ਮੈਂ ਉਰੇ ਆਇਆ ਤੁਸੀਂ ਜਿਹੜੇ ਮਰਜ਼ੀ ਪਿੰਡ ਚਲ ਜਾਓ। ਕਾਰਨ ਕੀ ਆ? ਮੈਂ ਇਹਨਾਂ 'ਚ ਪਲਿਆ ਬੜਿਆ, ਮੈਨੂੰ ਪਤਾ। ਮੈਂ ਦੇਖੋ ਇੱਕ ਐਗਜ਼ਾਮਪਲ ਦੇ ਕੇ ਰਿਹਾ, ਜਿਵੇਂ ਮੰਨ ਲਓ ਇੱਕ ਉਹ ਆ ਆਪਣਾ ਕਰਵਾ ਚੌਥ ਆ, ਯਾਰ ਇਹਨਾਂ ਦੀ ਵੀ ਰੀਝਾਂ ਨੇ, ਹਰ ਔਰਤ ਦੀ ਲੇਡੀ ਦੀ ਰੀਝ ਹੁੰਦੀ ਆ, ਇਹਨਾਂ ਨੇ ਕਦੋਂ ਪੂਰੀਆਂ ਕਰਨੀਆਂ ਨੇ ਵਿਚਾਰਿਆਂ ਨੇ? ਇਹ ਤਾਂ ਇੱਥੇ ਆਪਾਂ ਕਹਿੰਦੇ ਹਾਂ ਵੀ ਸਾਡੀ ਵਾਈਫ ਆ ਜਾਂ ਹੋਰ ਨੇ, ਆਪਾਂ ਕਹਿੰਦੇ ਉਹ ਵਧੀਆ ਲੱਗਣ, ਸਾਫ਼ ਸੁਥਰੇ ਲੱਗਣ, ਪਾਰਲਰ ਜਾਣ, ਜੇ ਇਹਨਾਂ ਨੇ ਵਿਚਾਰਿਆਂ ਨੇ ਕਿੱਥੇ ਜਾਣਾ? ਆਫਟਰ ਆਲ ਜਿਹੜਾ ਵੀਮਨ ਨਾ, ਵਿਮੈਨ ਦੀ ਇੱਕ ਖਾਹਿਸ਼ ਹੁੰਦੀ ਆ, ਪਰ ਕੀ ਗਰੀਬੀ ਦੱਬ ਗਈ? ਅੱਛਾ, ਲੋਕ ਆਉਂਦੇ ਹੋ ਨਹੀਂ, ਖਾਸ ਕਰ ਮਹਿਲਾਵਾਂ, ਕਿ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਨੂੰ ਲੈ ਕੇ ਕਿੱਦਾਂ ਕਿੱਦਾਂ ਉਸ ਚੀਜ਼ ਨੂੰ ਡੀਲ ਕਰਦੇ ਹੋ? ਬਹੁਤ ਕਿੱਦਾਂ ਡੀਲ ਕਰਦੇ? ਡੋਮੈਸਟਿਕ ਵਾਇਲੈਂਸ ਪਹਿਲਾਂ ਤਾਂ ਇਹਦਾ, ਜਿਹੜੇ ਤਾਂ ਮੈਨੂੰ ਬੰਦੇ ਆਪ ਜਾਣਦੇ ਨੇ, ਪਹਿਲਾਂ ਤਾਂ ਮੈਂ ਉਹਨਾਂ ਨੂੰ ਪਤਾ ਹੀ, ਫਿਰ ਉਹਨਾਂ ਨੂੰ ਪਤਾ ਵੀ ਇਹ ਸਾਡੇ ਨਾਲ ਲੜਦਾ ਵੀ, ਕਹਿੰਦਾ ਬੰਦੇ ਬਣ ਜਾਓ, ਕੋਈ ਆਪਣੇ ਹੀ ਭੈਣ ਭਰਾ ਨੇ ਸਾਰੇ, ਉਹਨੂੰ ਸਮਝਾਈਦਾ ਵੀ ਤੁਸੀਂ ਆਹ ਕੰਮ ਨਾ ਕਰੋ, ਹੱਸ ਕੇ ਵੀ ਸਮਝਾਈਦਾ, ਲੜ ਕੇ ਵੀ ਸਮਝਾਈਦਾ। ਕਈ ਵਾਰੀ ਲੇਡੀਜ਼ ਕਰਦੀਆਂ ਨੇ ਵਾਇਲੈਂਸ, ਉਹਨਾਂ ਨੂੰ ਵੀ ਕਹੀਦਾ, ਫਿਰ ਅੱਜ ਜਿਵੇਂ ਉਹਨਾਂ ਨੂੰ ਇਹ ਕਹੀਦਾ ਵੀ ਤੁਹਾਡਾ ਕੀਤੇ ਹੋਏ ਦਾ ਤੁਹਾਡੇ ਬੱਚਿਆਂ 'ਤੇ ਕੀ ਅਸਰ ਪਊਗਾ? ਮੈਂ ਤਾਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਵੀ ਬੱਚੇ ਨਾ, ਤੁਸੀਂ ਬੱਚੇ ਤਾਂ ਤੁਹਾਡੇ ਹੀ ਨੇ ਨਾ, ਤੁਹਾਡੇ ਹੀ ਬੱਚੇ ਪੈਦਾ, ਇਹਨਾਂ ਨੂੰ ਬੱਚਿਆਂ ਨੂੰ ਪੈਦਾ ਕਰਕੇ ਤੁਸੀਂ ਲੜਦੇ ਹੋ, ਤੁਸੀਂ ਇਹ ਕਰਦੇ ਹੋ। ਮੈਨੂੰ ਫਿਰ ਉਹ ਮਗਾ ਲੱਗ ਜਾਂਦੀ ਬੱਚਿਆਂ ਵਾਲੀ, ਮੈਨੂੰ ਬੱਚਿਆਂ ਨਾਲ, ਮੈਂ ਕਹਿੰਦਾ ਯਾਰ ਇਹਨਾਂ ਦਾ ਬੱਚਿਆਂ ਦੇ ਉਹ ਕਦੇ ਆਪਣੇ ਮੰਮੀ ਦੇ ਮੂੰਹ ਨਹੀਂ ਦੇਖੀ ਜਾਊਗਾ, ਆਪਣੇ ਪਾਪਾ ਦੇ ਮੂੰਹ ਨਹੀਂ ਦੇਖੀ ਜਾਊਗਾ ਵੀ ਲੜਦੇ ਨੇ, ਉਹਨਾਂ ਤਾਂ ਪਤਾ ਵੀ ਨਹੀਂ ਹੁੰਦਾ ਇਹ ਗੱਲ ਦਾ। ਸੋ ਇਹ ਵਾਇਲੈਂਸ ਦੇ, ਡੋਮੈਸਟਿਕ ਮੈਟਰੀਮੋਨੀਅਲ ਕੇਸ ਬਹੁਤ ਨੇ। ਤੁਸੀਂ ਅੱਜ ਦੀ ਡੇਟ 'ਚ ਮੈਂ ਹੈਰਾਨ ਹਾਂ, 15-15-20 ਦਿਨ, ਮਹੀਨਾ ਨਹੀਂ ਹੋਇਆ ਹੁੰਦਾ ਮੈਰਿਜ ਹੋਏ ਨੂੰ, ਯਾਰ ਉਹ ਕੇਸਿਸ ਨੇ ਕਿੱਥੇ ਖੜੇ ਆਪਾਂ? ਈਗੋ ਕਲੈਸ਼, ਈਗੋ ਕਲੈਸ਼, ਨਸ਼ੇ ਦੇ ਕੀ ਹਾਲਾਤ ਨੇ? ਹਾਂ, ਫਿਜ਼ੀਕਲ ਡੈਫੀਸ਼ੀਐਂਸੀ ਬਹੁਤ ਹੋ ਜਾਂਦੀ ਹੈ ਜਦੋਂ ਆਪਾਂ ਕੈਮਰੇ ਸਾਹਮਣੇ ਕਹਿਣ ਲੱਗੇ। ਮੈਨੂੰ ਕੋਈ ਗੁਰੇਜ਼ ਨਹੀਂ, ਕਿਉਂਕਿ WHO ਵੱਲੋਂ ਵੀ ਆ, ਡਾਕਟਰਸ ਵੀ ਮੰਨਦੇ ਨੇ, ਦੇ ਆਰ ਨੋਟ ਫਿਜ਼ੀਕਲੀ ਫਿੱਟ। ਠੀਕ ਆ, ਉਹ ਫਿਜ਼ੀਕਲੀ ਫਿੱਟ ਨਹੀਂ ਰਹਿੰਦੇ ਅਤੇ ਵਿਦਆਊਟ ਦਿਸ ਮੈਰਿਡ ਲਾਈਫ ਜਿਹੜੀ ਆ ਉਹ ਡਿਸਟਰੋਏ ਹੁੰਦੀ ਆ। ਸੋ ਉਹ ਨਸ਼ਾ ਜਿਹੜਾ ਆ ਉਹ ਸਾਡੇ ਸਮਾਜ 'ਚ ਇੱਦਾਂ ਘੁਣ ਵਾਂਗ ਵੜਿਆ, ਉਹਨੂੰ ਕੱਢਣਾ ਪਹਿਲਾਂ ਬਹੁਤ ਔਖਾ, ਕੱਢਣਾ ਕਿੱਦਾਂ ਔਖਾ? ਹੁਣ ਤੁਸੀਂ ਦੇਖਿਆ ਹੋਊਗਾ, ਅਸੀਂ NDPS ਦੇ ਕੇਸਿਸ, ਹੋਰ CM ਸਾਹਿਬ ਬਹੁਤ ਇਹਦੇ ਸਟ੍ਰਿਕਟ ਹੋਏ ਨੇ, ਸਾਰੇ ਪੁਲਿਸ ਪ੍ਰਸ਼ਾਸਨ ਸਾਰੇ ਸਾਡੇ ਸਟ੍ਰਿਕਟ ਹੋਏ। ਉਹਦੇ 'ਚ ਅਸੀਂ ਕੀ ਕਰ ਰਹੇ ਹਾਂ? ਪਹਿਲਾਂ ਕੀ ਸੀਗਾ, ਵੱਡੇ ਵੱਡੇ ਮਤਲਬ ਬਲਕ 'ਚ ਨਸ਼ਾ ਫੜਿਆ ਜਾਂਦਾ ਸੀਗਾ, ਫੜਿਆ ਜਾਵੇ ਕੌਣ ਪੁੱਛਦਾ, ਡਿਸਟਰੋਏ ਕਰ ਤਾਂ ਗੱਲ ਕਰਦਾ। ਹੁਣ ਅਸੀਂ ਕੀ ਕਰ ਰਹੇ ਹਾਂ, ਅਸੀਂ ਜਿੱਥੇ ਚੇਨ ਬਣੀ ਹੋਈ ਆ, ਸਪੋਜ਼ ਕਰੋ ਕੋਈ ਦਿਨ 'ਚ 2 ਵਾਰ ਪੀਣ ਲਾਇਕ, ਅਸੀਂ ਉਹਨਾਂ ਨੂੰ ਫੜਨਾ ਸ਼ੁਰੂ ਕੀਤਾ। ਆਪਾਂ ਕਹਿੰਦੇ ਨਹੀਂ ਨਹੀਂ ਵਿਚਾਰੇ ਲੱਗ ਗਏ ਛੱਡ ਦੇਣਗੇ, ਨਾ ਬਿਲਕੁਲ ਹੀ, ਉਹ ਆਪਾਂ ਨੂੰ ਲੱਗਦਾ ਭੁਲੇਖਾ ਪਾਉਂਦੇ ਨੇ ਸਾਨੂੰ, ਉਹ ਜਦੋਂ ਸਟ੍ਰਿਕਟ ਹੁੰਦੀ ਹੈ ਪੁਲਿਸ, ਉਹ ਕਹਿੰਦੇ ਅਸੀਂ ਛੱਡ ਰਹੇ ਹਾਂ ਜੀ, ਦਾਖਲ ਹੁੰਦੇ ਜਾ ਕੇ ਫਿਰ ਲੱਗ ਜਾਂਦੇ ਨੇ। ਅਸੀਂ ਉਹਨਾਂ ਦੇ ਕਾਰਵਾਈ ਕਰਨ ਦੀ ਵੀ ਸ਼ੁਰੂ ਕੀਤੀ, ਅਸੀਂ ਪੇਰੈਂਟਸ ਨੂੰ ਕਹਿਣਾ ਸ਼ੁਰੂ ਕੀਤਾ, ਕੱਲ੍ਹ ਤੁਸੀਂ ਸਾਡੇ ਕੋਲ ਅਗੇ ਮਿਹਨਤਾਂ ਨਹੀਂ ਕਰਨੀਆਂ, ਆਪਣੇ ਬੱਚਿਆਂ ਨੂੰ ਸਮਝਾ ਲਓ। ਉਹ ਇੱਕ ਦੇ ਨਾਲ ਨਾਲ ਦੂਜੇ ਨੂੰ ਵੀ ਖਰਾਬ ਕਰ ਲੈਂਦੇ ਨੇ। ਸੋ ਇਹ ਨਸ਼ਾ ਤਾਂ ਹੁੰਦਾ, ਇਹ ਨਸ਼ਾ ਜਿਹੜਾ ਆ ਇਹ ਮੈਟਰੀਮੋਨੀਅਲ ਕੇਸਿਸ ਦਾ ਸਭ ਤੋਂ ਵੱਡਾ ਕਾਰਨ। ਬੱਸੀ ਪਠਾਨਾ 'ਚ ਕੀ ਹਾਲਾਤ ਨੇ? ਯੂਥ ਨੌਜਵਾਨ ਕਿੰਨਾ ਕੁ ਨਸ਼ੇ ਵਿੱਚ ਨੇ? ਅਤੇ ਰਿਐਲਿਟੀ ਹੈ, ਅਸੀਂ ਸਾਰੇ ਹਲਕਿਆਂ ਦੀ ਗੱਲ ਕਰਦੇ ਹਾਂ, ਸਿਰਫ ਬੱਸੀ ਪਠਾਨਾ ਦੀ ਨਹੀਂ ਹੈ, ਨਸ਼ੇ 'ਚ ਸਾਰਾ ਪੰਜਾਬ ਦੀ ਗੱਲ ਕਰ ਰਹੇ ਹਾਂ, ਇਸ ਕਰਕੇ ਮੈਂ ਕਹਿ ਰਹੀ ਹਾਂ। ਸਾਨੂੰ ਰੋਜ਼ ਦਿਖਦੇ ਹਾਂ ਫੋਟੋ, ਸਰਿੰਜਾ ਲਾ ਕੇ ਕਦੇ ਕੋਈ ਓਵਰਡੋਜ਼ ਨਾਲ ਮਰਿਆ ਪਿਆ ਹੈ, ਕੋਈ ਆਪਣੇ ਖੇਤਾਂ ਦੇ ਵਿੱਚੋਂ ਪਿਆ ਹੋਇਆ। ਇਹ ਹਲ ਇਹ ਜਿਹੜੇ ਪਿਕਚਰਸ ਤੁਸੀਂ ਦੇਖਦੇ ਹੋ, ਕੀ ਤੁਹਾਨੂੰ ਲੱਗਦਾ ਨੌਜਵਾਨੀ ਕਿੱਥੇ ਜਾ ਰਹੀ ਹੈ? ਅਤੇ ਨੌਜਵਾਨੀ ਉਹੀ ਹੈ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਸਭ ਤੋਂ ਜ਼ਿਆਦਾ ਵੋਟ ਦਿੱਤੇ। ਇਹ ਕੀ ਹੈ ਜੀ, ਜਦੋਂ ਨਾ ਇਹ ਸੀਗਾ, ਜਦੋਂ ਤੱਕ ਅਸੀਂ ਕਿਸੇ ਚੀਜ਼ ਨੂੰ ਪਾਪ ਮੰਨਦੇ ਹਾਂ, ਘਿਰਣਾ ਕਰਦੇ ਹਾਂ ਕਿਸੇ ਚੀਜ਼ ਤੋਂ, ਨਫ਼ਰਤ ਕਰਦੇ ਹਾਂ, ਅਸੀਂ ਉਹ ਤੋਂ ਦੂਰ ਰਹਿੰਦੇ ਹਾਂ। ਜਦੋਂ ਕਿਸੇ ਚੀਜ਼ ਨੂੰ ਕਾਰੋਬਾਰ ਬਣਾ ਲੈਂਦੇ ਹੋ, ਹੁਣ ਮੰਨ ਲਓ ਤੁਸੀਂ ਕਿਸੇ ਨੂੰ ਕਹਿ ਦਈਏ ਇੱਥੇ ਕੋਈ ਪੰਛੀ ਫਿਰਦਾ, ਆਪਾਂ ਕਹਿੰਦੇ ਹਾਂ ਨਹੀਂ ਯਾਰ ਉਹ ਪੰਛੀ ਮਾਰਨਾ ਨਹੀਂ, ਇਹ ਜੀਵ ਆ। ਬਟ ਜਦੋਂ ਆਪਾਂ ਨੌਨ ਵੈਜ ਖਾਂਦੇ ਹਾਂ, ਨੌਨ ਵੈਜ ਦੀ ਗੱਲ 'ਤੇ ਆ ਜਾਂਦੇ ਹਾਂ, ਉਹ ਥੋੜ੍ਹਾ ਪ੍ਰੋਫੈਸ਼ਨ ਬਣ ਜਾਂਦਾ, ਕਿਉਂਕਿ ਤੁਸੀਂ ਮੁਰਗਾ ਵੱਢਣਾ ਤਾਂ ਤੁਸੀਂ ਉਹਨੂੰ ਅੱਗੇ ਕਰਨਾ, ਸਰਵ ਕਰਨਾ, ਉਹ ਤੁਹਾਡਾ ਕੀ ਹੋ ਗਿਆ,
वो प्रोफेशन हो गया, फिर थोनू वो तुसी धूप बत्ती भी लाने बाबा जी अज मैं इन्ने वड्डने ने कृपा, सच्चाई है, सच्चाई है ना। सो इदा ही इहनू इस गंदी चीज़ नू लोगों ने कारोबार बना लिया, बहुत लोगों ने पैसे वाले ने कि धंधा है कारोबार भी इन्ना कु हुंदा जी लखां च विकदा जी, उन्होंने कारोबार बना लिया सीगा। बहुत लोग ये बड़े वड्डे लोग सीगे जिहड़े च इनवॉल्व हो गए, तुसीं देखिया होगा किड्डे वड्डे पॉलिटिशियन वो इनवॉल्व हो गए, फिर उन्होंने तक तो हथ पहुँचता नहीं, जे पहुँच भी जाऊगा तो उन्होंने वड्डे वड्डे वकील बहुत ने, वो फिर उन्होंने वड्डे सिरों वाले दिमाग वाले फिर उन्होंने बचाते, फिर कारण की है फिर छोटे छोटे बच्चों के शुरू कर देना। हूँ तुम नोट कर पिछले असी हूँ ना जो तो सिकंजा कसया बहुत लोग इतने नशे में ठल काफ़ी पई है मेरे एरिए, क्योंकि मैं जो मेरे को फोन कर दिता भी साडा बच्चा फड़ेगा, मैं फड़ेगा मैं कह हटा लो, मैं किसी भी नशे वाले हक फोन नहीं करता गा, कोई ना बिल्कुल नहीं करता यार, हद ये बच्चे खराब कर देंगे साढ़े। सो ये ठल पाने लिए इको आ भी सानू लोगों के सहयोग की लोड़ है, माँ यह ना कहे मेरा पुत नहीं करता, ना ना उ गलत फड़ लिया, घरवाली ये ना कहे ना ना मेरा घर वाला गलत चक लिया, जो तक उन्होंने पता, देखो सब तो पहला बंदे दियाँ आदतों का पता उसकी वाइफ नू, उसकी माँ नू, उसकी भैन नू लगता है, क्योंकि लेडीज़ तो बिना कोई बंदे नू जांच नहीं, सब घर जाता सबनों पता, वो लुकाउंदियां ने पहला माँ लुकाउंदी आ भी मेरे पुत दा ब्याह कर देंगे कि जिहड़ियां बगानियां आउंदियां उह तां बड़े बड़े नूं सुधार देनियां, उह ऐं कह दिंदियां ने है ना, उस चक्कर 'च ब्याह कर दिंदियां, हुण ना तां उह सुधरदा, जिहड़ी बेचारी आउंदी आ उहदी वी जिंदगी खराब, राइट, दो घर खराब हो गए। ये इदां ही भैण नूं पता हुंदा मेरा भरा नशे करदा, पक्का पता हुंदा, हरकतां दस दिंदियां, उह लुकाउंदी आ भी मेरे भरा दा कल नूं ब्याह नहीं होणा, दाग लग जूगा, इदां ही घरवाली कहिंदी वी जे इह अंदर चले गया मेरे बच्चे कौन पालूगा। सो आपां इसे ताणे बाणे दे विच उलझ के ना उहनां नूं हल्लाशेरी देईए ने तो कम ਵੱਧਦਾ ਜਾਈ ਜਾਂਦਾ, ਅਤੇ ਇੱਕ ਨਾ ਇੱਕ ਦਿਨ ਅੱਗੇ ਉਹ ਜਿਹੜੀ ਹੈ ਮੌਤ ਤੱਕ ਜਾਂ ਮੰਨ ਲਓ ਘਰ ਦੇ ਖਾਤਮੇ ਤੱਕ ਗੱਲ ਚੱਲੀ ਜਾਂਦੀ। ਸੋ ਇਹ ਬਹੁਤ ਵੱਡਾ ਤਾਣਾ ਬਣਾ, ਸੋ ਇਹਨੂੰ ਅਸੀਂ ਇਹਦੀ ਚੇਨ ਤੋੜ ਰਹੇ ਹਾਂ। ਸੀ ਐੱਮ ਸਾਹਿਬ ਨੇ ਇੱਕ ਵਰਡ ਯੂਜ਼ ਕੀ, ਤੁਸੀਂ ਸੁਣਦੇ ਹੋਵੋਗੇ, ਅਸੀਂ ਨਸ਼ੇ ਦੇ ਉੱਤੇ ਸਾਡੇ ਐੱਸ ਐੱਸ ਪੀ ਸਾਹਿਬ ਉਰੇ ਰਵਜੋਤ ਗਰੇਵਾਲ ਜੀ, ਇੱਥੇ ਡਿਪਟੀ ਸਾਹਿਬ ਨੇ ਮੇਰੇ ਕੋਲ, ਉਹਨਾਂ ਕੋਲ ਕਾਲੋਂ ਸਾਹਿਬ ਅਮਰਪ੍ਰੀਤ ਜੀ ਐੱਸ ਐੱਸ ਪੀ, ਅਸੀਂ ਸਾਰੀ ਮੀਟਿੰਗਾਂ ਕਰਦੇ ਹਾਂ ਜੀ, ਬੜੇ ਵਧੀਆ ਅਸੀਂ ਤਰੀਕੇ ਨਾਲ ਲੱਗੇ ਹਾਂ, ਅਤੇ ਮੈਨੂੰ ਲੱਗਦਾ ਮੈਨੂੰ ਬਾਕੀ ਦਾ ਨਹੀਂ ਪਤਾ, ਮੈਂ ਆਪਣੇ ਹਲਕੇ ਦੇ ਵਿੱਚ ਕਾਫੀ ਹੱਦ ਤੱਕ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਰਹਿ ਗਿਆ ਸੀ ਉਹ ਵੀ ਕਰ ਲਵਾਂਗੇ, ਮੈਨੂੰ ਬੜੀ ਜਲਦੀ ਕਰ ਲਵਾਂਗੇ। ਬਹੁਤ ਵੱਡਾ ਉਹਨਾਂ ਦਾ ਡਰੱਗ, ਜਿਹੜੇ ਅਡਿਕਟਸ ਨੇ ਜਿਹੜੇ ਨਸ਼ਾ ਕਰਦੇ ਨੇ, ਤਸਕਰ ਤਾਂ ਅਸੀਂ ਫੜ ਰਹੇ ਹਾਂ, ਵੱਡੀ ਮੱਛੀਆਂ ਅਸੀਂ ਫੜ ਰਹੇ ਹਾਂ, ਲੇਕਿਨ ਜਿਹੜੇ ਡਰੱਗ ਐਡਿਕਟ ਨੇ ਜਿਹਨੇ ਛੱਡਣਾ ਚਾਹੁੰਦੇ ਆ, ਉਹਨਾਂ ਕੋਲ ਕੋਈ ਸਾਧਨ ਨਹੀਂ ਹੈ ਰੁਪਿੰਦਰ ਜੀ, ਅਸੀਂ ਇਸ ਚੀਜ਼ ਨੂੰ ਨਹੀਂ, ਕਿਉਂਕਿ ਓ ਟੀ ਏ ਸੈਂਟਰਸ ਦੇ ਹਾਲਾਤ ਤੁਹਾਨੂੰ ਪਤਾ ਹੈ, ਉਹ ਗੋਲੀਆਂ 'ਤੇ ਲਾ ਦਿੰਦੇ ਨੇ, ਉਹ ਕਹਿੰਦੇ ਕਿ ਸਾਨੂੰ ਗੋਲੀਆਂ 'ਤੇ ਲਾ ਦਿੱਤਾ ਹੈ, ਅਤੇ ਉਹ ਜ਼ਿੰਦਗੀ ਭਰ ਦੇ ਲਈ ਰਹੇ। ਮੈਂ ਤਾਂ ਇੱਕ ਨਾ ਜਿਹੜਾ ਤਰਸ ਆ ਨਾ ਉਹ ਬਹੁਤ ਮਾੜਾ ਹੁੰਦਾ, ਅਸੀਂ ਸੋਚਦੇ ਛੱਡਣਾ ਚਾਹੁੰਦੇ ਨੇ, ਵਧੀਆ ਬੰਦੇ ਨੇ ਇਹ ਛੱਡ ਸਕਦੇ, ਬਿਲਕੁਲ ਨਹੀਂ, ਬਹੁਤ ਚੀਜ਼ ਹੁੰਦੇ ਨੇ ਉਹ, ਜਦੋਂ ਸਕੰਜਾ ਕਸ ਹੁੰਦਾ ਪੁਲਿਸ ਦਾ ਫਿਰ ਉਹ ਕਹਿੰਦੇ ਅਸੀਂ ਛੱਡਣਾ ਚਾਹੁੰਦੇ ਹਾਂ ਜੀ, ਸਾਨੂੰ ਫਲਾਣੀ ਜਗ੍ਹਾ ਦਾਖਲ ਕਰਾ ਦਿਉ ਜੀ, ਅਸੀਂ ਥੋੜ੍ਹਾ ਸਮਾਂ ਕਰ, ਜਦੋਂ ਹੀ ਪੁਲਿਸ ਦਾ ਸਕੰਜਾ ਘਟਿਆ 2-3 ਮਹੀਨੇ ਬਾਅਦ ਉਹ ਫਿਰ ਉਸ ਰਫ਼ਤਾਰ ਨਾਲ ਚੱਲ ਪੈਂਦੇ ਨੇ, ਮੇਰੀ ਗੱਲ ਸਮਝਦੇ ਹੋ, ਇਹ ਲੱਗਦਾ ਹੀ ਹੁੰਦਾ। ਸੋ ਠੀਕ ਆ ਕਈ ਵਾਰੀ ਕੋਈ ਨਜਾਇਜ਼ ਵੀ ਵਿੱਚ ਆ ਜਾਂਦਾ, ਪਰ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ, ਕਾਰਨ ਕੀ ਹੈ ਉਹ ਹਟਦੇ, ਹੁਣ ਤੁਸੀਂ ਦੇਖੋ ਮੇਰੀ ਗੱਲ ਸੁਣੋ, ਤੁਸੀਂ ਕੋਈ ਚੀਜ਼ ਬਣਾ ਲਈ, ਸਪੋਜ਼ ਕਰੋ, ਮਤਲਬ ਮਾਇੰਡ ਨਾ ਕਰਿਓ, ਤੁਹਾਡਾ ਚੈਨਲ ਆ ਪੰਜਾਬ ਟੂਡੇ, ਤੁਹਾਡਾ ਚੈਨਲ ਕਾਹਦੇ 'ਤੇ ਆ, ਤੁਹਾਡਾ ਚੈਨਲ ਤੁਸੀਂ ਇੰਟਰਵਿਊ ਕਰ ਰਹੇ ਹੋ ਇਹਦੇ 'ਤੇ ਨਹੀਂ ਆ, ਤੁਹਾਡਾ ਚੈਨਲ ਵਿਊਰਸ 'ਤੇ ਆ, ਰਾਈਟ, ਤੁਹਾਡੇ ਵਿਊਰਸ ਨਹੀਂ ਹੈਗੇ ਚੈਨਲ ਖਤਮ, ਇੱਦਾਂ ਹੀ ਤੁਹਾਡੀ ਕੰਜ਼ੰਪਸ਼ਨ ਜਿਹੜੀ ਆ, ਅਸੀਂ ਕੰਜ਼ੰਪਸ਼ਨ ਹੀ ਤੋੜ ਰਹੇ ਹਾਂ ਹੁਣ, ਤੁਸੀਂ ਜੇ ਕੰਜ਼ੰਪਸ਼ਨ ਹੀ ਘੱਟ ਜੂਗੀ, ਮੰਨ ਲਓ ਲੈਣ ਵਾਲੇ ਚੀਜ਼ ਘੱਟ ਗਏ ਤਾਂ ਆਪਣੇ ਆਪ ਹੀ ਖਤਮ ਹੋਊਗਾ, ਹੁਣ ਲੈਣ ਵਾਲੇ ਤਾਂ ਸਾਡੇ ਵਧੀ ਜਾਂਦੇ ਨੇ, ਅਸੀਂ ਕਹਿੰਦੇ ਕੋਈ ਨਹੀਂ ਜੀ ਛੋਟਾ ਮੋਟਾ ਨਸ਼ਾ ਕਰਨ ਵਾਲਾ, ਤੁਹਾਨੂੰ ਪਤਾ ਇਸ ਛੋਟੇ ਮੋਟੇ ਨਸ਼ੇ ਦੇ ਵਿੱਚ, ਛੋਟੇ ਛੋਟੇ ਮੋਟੇ ਨਸ਼ੇ ਦੇ ਇੱਕ ਪਿੰਡ ਦੇ ਵਿੱਚ 10-15 ਹਜ਼ਾਰ ਦਾ ਧੰਦਾ ਹੋ ਜਾਂਦਾ ਸੀ ਇਹੋ ਜਿਹੇ ਕੰਮ ਦਾ, ਛੋਟਾ ਜਿਹਾ ਨਸ਼ਾ ਛੋਟੇ ਛੋਟੇ ਕਰਦੇ ਨੇ, ਇਹ ਲੱਗਦਾ ਹੀ ਅਸੀਂ ਉਹ ਕੰਜ਼ੰਪਸ਼ਨ ਨਹੀਂ ਤੋੜ ਰਹੇ। ਅੱਜ ਤੁਸੀਂ ਮੰਨ ਲਓ ਕੋਈ ਵੀ ਕੰਮ ਕਰਦੇ ਹੋ, ਮੰਨ ਲਓ ਆਪਾਂ ਫਲੈਟ ਕਿਸੇ ਨੇ ਬਣਾਏ, ਰਾਈਟ, ਫਲੈਟ ਬਣਾਏ ਨੇ, ਫਲੈਟ ਖਰੀਦਣ ਵਾਲੇ ਨੇ, ਫਲੈਟ ਖੰਡਰ ਨੇ, ਫਲੈਟ ਉਹ ਤਾਂ ਹੀ ਬਣਾ ਰਿਹਾ ਨਾ ਜੋ ਖਰੀਦ ਰਿਹਾ ਕੋਈ। ਸੋ ਜੇ ਇਹ ਤਾਂ ਚੀਜ਼ਾਂ ਆ ਰਹੀਆਂ ਨੇ, ਜੇ ਸਾਡੇ ਕੋਲ ਕੰਜ਼ੰਪਸ਼ਨ ਵਾਲੇ ਬੰਦੇ ਹੈਗੇ, ਸੋ ਕੰਜ਼ੰਪਸ਼ਨ ਵਾਲਿਆਂ ਨੂੰ ਉਹੀ ਨਾ ਇਹਨਾਂ ਨੂੰ ਤੁਸੀਂ ਸੋਚੋ ਵੀ ਸਾਊ ਨੇ ਸ਼ਰੀਫ ਨੇ, ਬਿਲਕੁਲ ਨਹੀਂ, ਬਹੁਤ ਚੀਜ਼ ਨੇ ਇਹ, ਉਦੋਂ ਕਹਿੰਦੇ ਨਾ ਜੀ ਨਾ ਸਾਡੇ ਤਾਂ ਕੋਈ ਕੋਲ ਹੈ ਨਹੀਂ, ਅਸੀਂ ਛੱਡਣਾ ਚਾਹੁੰਦੇ, ਮਜਬੂਰੀ ਨੂੰ ਲੱਗ ਗਏ, ਇੰਨੇ ਚੁਸਤ ਹੋ ਜਾਂਦੇ ਨੇ ਜਿਹੜਾ ਬੰਦਾ ਚਿੱਟਾ ਪੀਂਦਾ। ਤੁਸੀਂ ਤੁਹਾਨੂੰ ਇੱਕ ਮਿੰਟ ਦੇ ਵਿੱਚ ਗੱਲਾਂ 'ਚ ਲੈ ਲਓ, ਇੱਕ ਮਿੰਟ 'ਚ, ਇੱਕ ਮਿੰਟ, ਤੁਸੀਂ ਸਾਡੇ 'ਤੇ ਯਕੀਨ ਨਹੀਂ ਕਰੋਗੇ, ਤੁਸੀਂ ਕਹੋ ਨਾ ਨਾ ਪੋਲੀਟੀਸ਼ੀਅਨ ਨੇ, ਨਹੀਂ ਨਹੀਂ ਗੱਲ ਹੋਰ ਕਰ, ਉਹਨਾਂ ਦੇ ਪਤਾ ਨਹੀਂ ਕੀ ਉਹਨਾਂ ਦੇ ਵਿੱਚ ਇੱਦਾਂ ਦੀ ਗੱਲ ਹੁੰਦੀ ਆ, ਇੱਦਾਂ ਤਰਸ ਦੇ ਪਾਤਰ ਬਣ ਜਾਂਦੇ ਨੇ, ਤੁਸੀਂ ਕਹੋਗੇ ਨਹੀਂ ਨਹੀਂ ਯਾਰ ਬਹੁਤ, ਤੁਸੀਂ ਨੋਟ ਕੀਤਾ ਹੋਊਗਾ
ਇੱਦਾਂ ਹੀ ਭੋਲੀਆਂ ਭਾਲੀਆਂ ਲੜਕੀਆਂ ਨੂੰ ਭੋਲੇ ਭਾਲੇ ਲੋਕਾਂ ਨੂੰ ਵਰਗਲਾ ਲੈਂਦੇ ਨੇ ਉਹ, ਹੈ ਨਾ, ਅਨਪੜ੍ਹ ਬੰਦੇ ਹੁੰਦੇ ਨੇ ਉਹ, ਬਹੁਤ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਵੀ ਵਰਗਲਾ ਲੈਂਦੇ ਨੇ, ਕਿਉਂਕਿ ਉਹਨਾਂ 'ਤੇ ਝੂਠ ਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਨੇ, ਮਤਲਬ ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਉਹ ਕਲਾਕਾਰ ਹੁੰਦੇ ਨੇ, ਫਿਰ ਉਹ ਹੌਲੀ ਹੌਲੀ ਕਰਕੇ ਸਾਨੂੰ ਤਾਂ ਛੱਡਣਾ ਚਾਹੁੰਦੇ ਸੀਗੇ, ਅਸੀਂ ਨਹੀਂ ਛੱਡ ਰਿਹਾ ਸਾਡਾ, ਕਨਵਿੰਸ ਕਰਨਾ ਆਉਂਦਾ ਉਹਨਾਂ, ਹਾਂ ਕਨਵਿੰਸ ਕਰਨਾ ਆਉਂਦਾ, ਫਿਰ ਉਹਦੇ ਚੱਕਰ 'ਚ ਉਹ ਅੱਗੇ ਸਾਡਾ ਸਾਡੇ ਸਮਾਜ ਦਾ ਕਾਣ ਕਰਦਾ। ਸੋ ਇਹ ਲੱਗਦਾ ਹੀ ਹੈ ਇਹਨਾਂ ਨੂੰ ਬੜਾ ਤਵੱਜੋ ਦੇਣ ਦੀ ਲੋੜ ਨਹੀਂ, ਇਹਨਾਂ ਨੂੰ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ 'ਤੇ ਕਰਨੀ ਪਊਗੀ, ਅਦਰਵਾਈਜ਼ ਇਹ ਖਤਮ ਕਰ ਦੇਣਗੇ। ਅੱਛਾ, ਹਲਕੇ ਦੇ ਵਿੱਚ ਐਜੂਕੇਸ਼ਨ ਅਤੇ ਸਿਹਤ ਦੇ ਕੀ ਹਾਲਾਤ ਨੇ? ਸਿਹਤ ਦਾ ਸਿਸਟਮ ਜਿਹੜਾ ਸਾਡਾ ਹੈ, ਤੁਸੀਂ ਕਿਹਾ ਵੀ ਸਾਡੀ ਤੁਹਾਡੀ ਪ੍ਰਾਇਓਰਿਟੀ ਹੈ, ਹਮੇਸ਼ਾ ਪ੍ਰਾਇਓਰਿਟੀ ਰਹੀ ਆ ਸਿਹਤ ਦੇ ਉੱਤੇ। ਮੈਂ ਹਮੇਸ਼ਾ ਸਾਡੇ ਕੋਲ ਨਾ, ਜਿਵੇਂ ਮੰਨ ਲਓ ਆਪਾਂ ਨੂੰ ਕੋਈ ਬਿਲਕੁਲ ਚੀਜ਼ ਤੋੜ ਕੇ ਦੇ ਦਿੱਤੀ ਜਾਂਦੀ ਹੈ ਵੀ ਤੁਸੀਂ ਇਹਨੂੰ ਹੁਣ ਦੁਬਾਰਾ ਜੋੜੋ, ਅਸੀਂ ਉਹ ਤਾਣਾ ਲੱਗੇ ਹਾਂ। ਸਿਹਤ ਦਾ ਉਹ ਸਿਹਤ ਸੈਕਟਰ ਦਾ ਸਾਡੇ ਦਾ ਉਹ ਬੁਰਾ ਹਾਲ ਕਰਕੇ ਰੱਖ ਦਿੱਤਾ ਜਿਹਦਾ ਸਾਨੂੰ ਇਹ ਸਮਝ ਹੀ ਨਹੀਂ ਆ ਰਿਹਾ ਵੀ ਹੋਊ ਕਿੱਥੋਂ। ਹੁਣ ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਇਸ ਕਰਕੇ ਅਸੀਂ ਛੋਟੇ ਛੋਟੇ ਲੈਵਲ 'ਤੇ ਆ, ਮਾਈਕਰੋ ਲੈਵਲ 'ਚ ਹੈਗਾ, ਤੁਸੀਂ ਨੋਟ ਕਰਿਆ, ਲੋਕ ਦੂਜੀਆਂ ਪਾਰਟੀਆਂ ਮੁਹੱਲਾ ਕਲੀਨਿਕ ਨੂੰ ਟਾਰਗੇਟ ਕਰ ਰਹੀਆਂ ਨੇ, ਤੁਸੀਂ ਖੋਲ੍ਹ ਲੈਂਦੇ ਬਾਈ, ਜਿਹੜੀ ਚੀਜ਼ ਤੁਸੀਂ ਸੁਵਿਧਾ ਸੈਂਟਰਾਂ 'ਚ ਦਿੰਦੇ ਸੀ ਅਸੀਂ ਤੁਹਾਡੇ ਮੋਬਾਈਲਾਂ 'ਚ ਦੇਤੀ। ਤੁਸੀਂ ਲੱਖਾਂ ਰੁਪਇਆ ਲਾ ਕੇ ਸੁਵਿਧਾ ਸੈਂਟਰ ਬਣਾਏ, ਅਸੀਂ ਤੁਹਾਨੂੰ ਤੁਹਾਡੇ ਮੋਬਾਈਲ ਫੋਨ 'ਚ ਦੇਤੀ ਹੈ 283 ਉਹ ਦੇਤੀਆਂ ਫੋਰਮ ਸਰਟੀਫਿਕੇਟ, ਠੀਕ ਆ, ਤੁਸੀਂ ਮੁਹੱਲਾ ਉਹ 'ਚ ਦਿੰਦੇ ਸੀਗੇ, ਅਸੀਂ ਤੁਹਾਡੀਆਂ ਬਿਲਡਿੰਗਾਂ ਨੂੰ ਕਹਿੰਦੇ ਮੁਹੱਲਾ ਕਲੀਨਿਕ ਦਾ ਜ਼ਿਆਦਾ ਯੂਜ਼, ਅਸੀਂ ਮਾਈਕਰੋ ਲੈਵਲ 'ਚ ਜਾਣਾ ਚਾਹੁੰਦੇ ਹਾਂ। ਤੁਸੀਂ ਦੇਖੋ ਇਹ ਨਾ ਬਹੁਤ ਲੋਕਾਂ ਨੂੰ ਆਪਣੇ ਪਿੰਡਾਂ 'ਚ, ਤੁਸੀਂ ਤੁਹਾਡਾ ਸ਼ਾਇਦ ਪਤਾ ਨਹੀਂ ਬਾਹਰ ਰਿਹਾ ਹੋਊਗਾ ਪਿੰਡਾਂ 'ਚ ਜ਼ਿਆਦਾ ਨਹੀਂ ਰਿਹਾ ਹੋਊਗਾ, ਮੈਂ ਤੁਹਾਨੂੰ ਦੱਸਦਾ ਸੀ ਪਿੰਡਾਂ 'ਚ ਸਾਡੇ ਲੇਡੀਜ਼ ਵਿਚਾਰੀਆਂ ਦੇ ਜੇ ਕਿਤੇ ਦਰਦ ਹੁੰਦਾ ਨਾ, ਮੰਨ ਲਓ ਸਿਰ 'ਚ ਦਰਦ ਹੋ ਗਿਆ ਆ, ਮੇਰਾ ਤਾਂ ਬਲੱਡ ਵੱਧ ਗਿਆ, ਉਹਨੂੰ ਐਂ ਲੱਗਿਆ, ਉਹਨਾਂ ਨੇ ਜਾਂ ਤਾਂ ਸਿਰ 'ਤੇ ਚੁੰਨੀ ਬੰਨ ਲੈਣੀ ਘੁੱਟ ਕੇ, ਇੱਦਾਂ ਦੁਪੱਟਾ ਬੰਨ ਕੇ ਸੌ ਜਾਣਾ, ਜੇ ਲੱਤਾਂ ਦਰਦ ਨੇ ਲੱਤਾਂ ਬੰਨ ਕੇ ਸੌ ਜਾਣੀਆਂ, ਠੀਕ ਆ, ਇੱਕ ਹਰੇ ਪੱਤੇ ਜੀ ਵਾਲੀਆਂ ਗੋਲੀਆਂ ਆਉਂਦੀਆਂ ਨੇ ਉਹ ਖਾ ਕੇ ਸੌ ਜਾਣਾ, ਕਿਉਂਕਿ ਉਹ ਸ਼ੁਰੂ ਦੇ ਵਿੱਚ ਹੀ ਉਹਨਾਂ ਨੂੰ ਇਲਾਜ ਨਹੀਂ ਮਿਲਦਾ। ਅਸੀਂ ਸਾਡੇ ਮੁਹੱਲਾ ਕਲੀਨਿਕ ਦਾ ਖੋਲ੍ਹਣ ਦਾ ਕਾਰਨ ਕਿ ਸਾਡੇ ਬੱਚੇ ਨੂੰ, ਸਾਡੀਆਂ ਭੈਣਾਂ ਮਾਤਾਵਾਂ ਨੂੰ, ਸਾਡੇ ਭਰਾਵਾਂ ਨੂੰ, ਬਜ਼ੁਰਗਾਂ ਨੂੰ ਸ਼ੁਰੂ 'ਚ ਪਿੰਡ 'ਚ ਹੀ ਇਲਾਜ ਮਿਲ ਜੂਗਾ, ਜਿਹਨੂੰ ਫਸਟ ਏਡ ਆਪਾਂ ਕਹਿ ਦਿੰਦੇ ਹਾਂ, ਡਾਇਗਨੋਜ਼ ਹੋ ਜਾਂਦਾ ਪ੍ਰੋਪਰ, ਤਾਂ ਉਹਦਾ ਇਲਾਜ ਜਿਹੜਾ ਸੌਖਾ, ਜਾਨੂ ਕੰਮ ਵੱਧ ਜਾਂਦਾ, ਕਿਉਂਕਿ ਹਰ ਬੰਦੇ ਕੋਲ ਇੰਨੀ ਕੈਪੈਸਿਟੀ ਨਹੀਂ ਹੁੰਦੀ ਕਿ ਬਾਹਰ ਜਾਵੇ ਇਲਾਜ ਕਰਾਵੇ। ਜੇ ਆਪਾਂ ਮੰਨ ਲਓ ਮੇਰੇ ਕੋਲ 100 ਅਤੇ 150 100 ਮੁਹੱਲਾ ਕਲੀਨਿਕ ਖੁੱਲ੍ਹ ਜਾਂਦਾ, ਮਾੜਾ ਵੀ ਕੀ ਆ, ਮਾੜਾ ਤਾਂ ਕੁਛ ਨਹੀਂ ਨਾ, ਉਹ 'ਚ ਕੁਛ ਤਾਂ ਆਊਗੀ ਨਾ। ਸੋ ਇਹ ਅਸੀਂ ਤਾਂ ਮਾਈਕਰੋ ਲੈਵਲ 'ਤੇ ਲੈ ਕੇ ਚੱਲੇ ਹਾਂ, ਇਹਨੂੰ ਅਸੀਂ ਟਾਰਗੇਟ ਕਰ ਰਹੇ ਹਾਂ ਪ੍ਰੋਪਰ ਤਰੀਕੇ ਨਾਲ। ਸੋ ਇਹ ਬਹੁਤ ਵੱਡਾ ਕੰਮ ਹੈ ਜੀ, ਬਹੁਤ ਵੱਡਾ ਕੰਮ ਆ, ਮੈਂ ਤੁਹਾਨੂੰ ਦੱਸਦਾ ਪਿੰਡਾਂ 'ਚ ਆਪਣੇ ਹਾਲਾਤ ਨੇ, ਲੋਕਾਂ ਨੂੰ ਵਿਚਾਰਿਆਂ ਨੂੰ ਮਤਲਬ ਇਹ ਨਹੀਂ ਪਤਾ ਕਿ ਉਹਨਾਂ ਨੂੰ ਬਿਮਾਰੀ ਕਿਹੜੀ ਹੈ, ਕੀ ਹੋ ਗਿਆ। ਅੱਧੇ ਲੋਕ ਡਰਦੇ ਇਲਾਜ ਕਰਾਉਣ ਨਹੀਂ ਜਾਂਦੇ ਵੀ ਜੇ ਅਸੀਂ ਡਾਕਟਰ ਕੋਲ ਚਲੇ ਗਏ ਪਤਾ ਨਹੀਂ ਕਿੱਡੇ ਕੁ ਟੈਸਟ ਲਿਖ ਦੇਣੇ ਨੇ। ਇਹ ਸੱਚਾਈ ਆ, ਤੁਸੀਂ ਪੜ੍ਹੇ ਲਿਖੇ ਹੋ ਤਾਂ ਮੈਂ ਤੁਹਾਨੂੰ ਕਹਿ ਦਿੰਦਾ, ਮਤਲਬ ਡੋਂਟ ਮਾਈਂਡ ਵੀ ਤੁਸੀਂ ਨਾ ਤੁਹਾਡਾ ਚਿਹਰਾ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਲੱਗ ਰਿਹਾ ਵਹਿਮ ਦਾ, ਵੀ ਅੱਖਾਂ ਤੁਸੀਂ ਨਾ ਟੈਸਟ ਕਰਾਇਆ, ਤੁਸੀਂ ਜਾਂਦੇ ਨਾ ਟੈਸਟ ਨਹੀਂ ਕਰਾਉਣਾ ਵੀ ਯਾਰ ਪਤਾ ਨਹੀਂ ਕੀ ਹੋਊਗਾ, ਛੱਡ ਪਰੇ ਮੈਂ ਕੱਲ੍ਹ ਫਿਰ ਇਹ ਕੰਮ ਕਰਨਾ। ਡਰ ਉਹ ਡਰ ਲੋਕਾਂ ਦੇ ਵਿੱਚ ਹੈਗਾ, ਉਹ ਟੈਸਟ ਵੀ ਨਹੀਂ ਵਿਚਾਰੇ ਕਰਾਉਂਦੇ ਕਿਉਂਕਿ ਨਾ ਤਾਂ ਇੰਨਾ ਪੈਸਾ ਹੁੰਦਾ ਨਾ ਇੰਨਾ ਉਹਨਾਂ ਕੋਲ ਹੁੰਦਾ। ਸੋ ਇਹਨੂੰ ਅਸੀਂ ਮਾਈਕਰੋ ਲੈਵਲ 'ਚ ਲੈ ਕੇ ਜਾਵਾਂਗੇ, ਸੋ ਲੋਕਾਂ ਨੂੰ ਅਸੀਂ ਇੱਕ ਸਹੂਲਤ ਦੇਵਾਂਗੇ ਜਿਹੜੀ ਲੋਕ ਜਿਹੜੀ ਉਹਨਾਂ ਦਾ ਅਧਿਕਾਰ ਆ। ਅਤੇ ਸਕੂਲਾਂ 'ਤੇ ਜਾਂਦੇ ਹੋ, ਦੇਖਦੇ ਹੋ ਸਮਾਰਟ ਸਕੂਲ ਠੀਕ ਚੱਲ ਰਹੇ ਨੇ, ਟੀਚਰ ਟੀਚਰਸ ਦੇਖੋ ਪਹਿਲਾਂ ਭਰਤੀਆਂ ਨਹੀਂ ਹੋਈਆਂ, ਟੀਚਰਸ ਦੀਆਂ ਦਿੱਕਤਾਂ ਹੈਗੀਆਂ ਨੇ, ਉਹਦੇ ਲਈ ਆਪਾਂ ਨੇ ਉਹ CM ਸਾਹਿਬ ਨੇ ਪੋਸਟਾਂ ਵੀ ਨਵੀਆਂ ਕੱਢੀਆਂ ਨੇ, ਤੁਸੀਂ ਦੇਖਿਆ ਰੋਜ਼ ਅਸੀਂ ਨਿਤ ਨਵਾਂ ਕੋਈ ਨਾ ਕੰਮ ਕਰਦੇ ਹਾਂ। ਸੋ ਉਹਦੇ 'ਤੇ ਵੀ ਅਸੀਂ ਕੰਮ ਕਰ ਰਹੇ ਹਾਂ ਅਤੇ ਬੜੀ ਛੇਤੀ ਜਿਹੜਾ ਫਿਲ ਕਰ ਲਿਆ ਜਾਊਗਾ, ਬੱਚਿਆਂ ਨੂੰ ਜਿਹੜੀ ਬੇਸਿਕ ਨੌਲੇਜ ਤੋਂ ਸ਼ੁਰੂ ਹੋ ਕੇ ਵਧੀਆ ਨੌਲੇਜ ਦੇਵਾਂਗੇ, ਉਹਦੇ 'ਤੇ ਵੀ ਸਾਡਾ ਪੂਰਾ ਫੋਕਸ ਹੈਗਾ। ਬੱਸੀ ਪਠਾਣਾ ਬਾਰੇ ਕੀ ਕਹਿਣਾ ਚਾਹੋਗੇ? ਬੱਸੀ ਪਠਾਣਾ ਮੇਰਾ ਮਾਣ ਹੈ ਜੀ, ਮੈਨੂੰ ਬੱਸੀ ਪਠਾਣਾ ਨੇ ਆਸ਼ੀਰਵਾਦ ਦਿੱਤਾ, ਮੇਰੀ ਸ਼ਾਨ ਹੈ ਬੱਸੀ ਪਠਾਣਾ। ਅਸੀਂ ਆਉਣ ਵਾਲੇ ਸਮੇਂ 'ਚ, ਮੈਂ ਤੁਹਾਨੂੰ ਇਸ ਗੱਲ ਦਾ ਪ੍ਰੋਮਿਸ ਕਰਦਾ, ਤੁਹਾਨੂੰ ਇਹ ਨਕਸ਼ੇ 'ਤੇ ਚਮਕਾ ਕੇ ਦਿਖਾਊਂਗਾ ਮੈਂ, ਕਾਰਨ ਕਿ ਇੱਥੇ ਬਹੁਤ ਕੁਛ ਆ ਸਾਡੇ ਕੋਲ। ਜੀ ਮੈਂ ਤੁਹਾਨੂੰ ਸੰਗੋਲ ਦੀ ਗੱਲ ਕੀਤੀ, ਹੋਰ ਚੀਜ਼ਾਂ ਦੀ ਗੱਲ ਕੀਤੀ, ਪ੍ਰੋਜੈਕਟਸ ਦੀ ਗੱਲ ਕੀਤੀ ਹੈ, ਮੇਰੀ ਕੋਸ਼ਿਸ਼ ਹੈ ਕਿ ਆਪਾਂ ਇਹਨੂੰ ਅੱਗੇ ਲੈ ਕੇ ਚੱਲੀਏ, ਕਿਉਂਕਿ ਇੱਕ ਪਛੜਿਆ ਹੋਇਆ ਇਹਨੂੰ ਤਰੀਕੇ ਦੇ ਤੌਰ 'ਤੇ ਲੈ ਲੈਂਦੇ ਸੀ ਕਿ ਬਸੀ ਜੀ ਆਇਆ ਨਹੀਂ ਜੀ ਕੋਈ। ਮੈਂ ਇੰਡਸਟਰੀ ਲਈ ਵੀ ਗੱਲ ਕਰਦਾ ਸੀ, ਤੁਹਾਨੂੰ ਯਾਦ ਹੋਊਗਾ ਇਸ ਵਾਰੀ ਪੰਜਾਬ ਵਿਧਾਨ ਸਭਾ ਦੇ ਵਿੱਚ ਮੈਂ ਬੋਲਿਆ ਸੀਗਾ IT 'ਤੇ, ਸਾਡੇ IT ਬਸੀ ਪਠਾਣਾ ਦੇ ਵਿੱਚ ਬਹੁਤ ਪੁਰਾਣਾ ਇੰਸਟੀਟਿਊਸ਼ਨ ਆ ਉਹਦੀ ਨਾ ਕੋਈ ਟਾਈਮ ਹੁੰਦਾ ਸੀ ਬਈ ਉਹਦੀ ਇੱਕ ਉਹ ਇੱਕ ਜਿਵੇਂ ਮੰਨ ਲਓ ਵੀ ਮੈਂ ਫਲਾਣੇ ਇੰਸਟੀਟਿਊਟ 'ਚ ਕੰਮ ਪੜ੍ਹਿਆ, ਕੀ ਕਹਿ ਦਿੰਦੇ ਉਹਨੂੰ ਆਪਾਂ, ਇੱਕ ਬਣਿਆ ਹੁੰਦਾ ਸੀ ਬੰਦੇ ਦਾ, ਜੇ ਕਹਿੰਦੇ ਸੀ ਵੀ ਤੂੰ ਨੌਕਰੀ ਲੈਣੀ ਸਰਕਾਰੀ ਨਾਮ, ਹਾਂ ਵੀ ਨੌਕਰੀ ਕਰਨੀ ਸਰਕਾਰੀ, ਲੈ ਤੂੰ ਬਹੁਤ IT ਕੀਤੀ ਹੋਈ ਹੈ, ਇੱਦਾਂ ਕਹਿੰਦੇ ਸੀ। ਸੋ ਉਹ IT ਖਤਮ ਹੋਣ ਨਾਲ ਕਿਨਾਰੇ ਸੀ ਜੋ ਉੱਥੇ ਬੋਲੇ, ਇਸ ਵਾਰ IT ਐਡਮਿਸ਼ਨਾਂ ਵੱਧ ਰਹੀਆਂ ਨੇ,
वो कहते जी थोड़े बोलने वाली इन्ना देखो जे आप गल करा जे आप किसी चीज़ पर बोलेंगे गल करा पहला आई टी सुनया भी नहीं उदों तो लोगों गल चले गई। सो इदा असी बहुत चीज़ा ने जिड़िया सूँ प्लेटफॉर्म दिता आ पार्टी ने भगवंत सिंह मान साहब ने अरविंद केजरीवाल जी उन्होंने असं उन्हें कम करा तो बसी पठाणा ये देखो तुम हाईवे जा रहे हैं राइट ये हाईवे जोड़ा लुधियाना टू चंडीगढ़ हाईवे है लुधियाना टू चंडीगढ़ साढ़े को इतने आते हुए तुम इधरों आए हो देखो वधिया सारे बने हुए ने ढाबे वधिया ने सारा कुछ वधिया हैगा आ साढ़े संगोल हैगा ये भी साढ़े म्यूजियम तैयार हो रहा है उधर साढ़े म्यूजियम तैयार हो रहा ठीक है साढ़े को बहुत कुछ हैगा खमाणो अगे साढ़े को उत्थे साढ़े को इदा की गल ही पर मतलब जिम्मे ध्यान नहीं दिता गया कारण नाल दे जिहड़े एमएलए ने सारे दे नाल कोऑर्डिनेशन रहिंदा है सब मेरी सारे नाल दोस्ती है सारा पता मैं देखिया यार गूगल तो भी उत्ते ने उन्होंने जो कह दी ना फलानी सड़क अच्छा अच्छा फलानी सड़क इधर मोड़ मुड़ा कै मुड़ा अगे बरोटा जाएगा उन्होंने यार इन्नी मैमरी आ मैं मतलब असी मेरा हल्का ना तुम मेरे हल्के का पूछ लो मैं हजे मैं भुल जाऊँगा तो उन्होंने कोई ना कोई याद होगी उन्होंने अच्छा उत्थे आ भी सी एक हैगा इंस्टीट्यूट उत्थे फलानी चीज मैं हाँ गूगल ने जी बहुत माइंड आ मैं इदा दे परसन परमात्मा कदे कदे दुनिया से लैके आवा बहुत माइंड आ इन्ने रस्ते याद रखने इन गल् याद रखनिया मैं कई कई साल पुरानी गल भी उन्होंने याद होंगी है। सो ये बहुत वड्डियां गल्लां ने मैं उन्होंने हमेशा ही उन्हों का धन्यवाद करता हूं कि बई जी तुम सानू इत्थे लैके आए हो बहुत कम करते हैं मतलब साढ़े जिवें तुम दस साढ़े ना टच रहिंदे ने वर्कर्स दे नाल ठीक है। अच्छा बसी पठाना पठाना का शहर कहा जाता है उस नाम तो ही फेमस सीगा हुण है कोई फैमिलीज इदा दी नहीं फैमिलीज नहीं उन्होंने बिल्डिंग्स सीगे जिहड़ियां फिर लोगों ने कर लिया इत्थे हलीम की कोठी आ ਉਹ ਫਿਰ ਹਿਸਟੋਰੀਕਲ ਪਲੇਸ ਬਣ ਗਿਆ ਕਾਹਨੂੰ ਬਣ ਗਿਆ ਕਬਜ਼ੇ ਹੀ ਨਹੀਂ ਛੱਡਦੇ ਲੋਕ ਹਿਸਟੋਰੀਕਲ ਪਲੇਸ ਕੀ ਬਣਨੇ ਨੇ ਇੱਥੇ ਸਾਡੀ ਇੱਕ ਤਾਂ ਹੈ ਸਾਨੂੰ ਮਾੜੀ ਜਗ੍ਹਾ ਤਾਂ ਲੱਭੇ ਸਹੀ ਅਸੀਂ ਦੱਬ ਕੇ ਬਹਿ ਜਾਂਦੇ ਹਾਂ ਉਹ ਫਿਰ ਕਿਸੇ ਹੋਰ ਨੇ ਕਰ ਲਈ ਹੁਣ ਨਾਲ ਹੀ ਕਿਸੇ ਹੋਰ ਨੇ ਕਰ ਲਈ ਵੀ ਕਿਸੇ ਨੇ ਮੀਟਰ ਲਓ ਉਹ ਕੀ ਬੋਲਾਂ ਮੈਂ ਹੈ ਨਾ ਸਾਡੇ ਕੋਲ ਇੰਨੀਆਂ ਹਿਸਟੋਰੀਕਲ ਪਲੇਸਿਸ ਨੇ ਸਾਨੂੰ ਤਾਂ ਬਣਾਉਣ ਦੀ ਲੋੜ ਨਾ ਪਵੇ ਉਹਨਾਂ ਹੁਣ ਸਾਡੇ ਬਸੀ ਜੇਲ੍ਹ ਆ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਦੇ ਉੱਥੇ ਆਏ ਸੀਗੇ ਉਹ ਹੈਗੀ ਆ ਉਹਦੀ ਮੇਨਟੇਨੈਂਸ ਤੁਸੀਂ ਮੈਂ ਤੁਹਾਡੇ ਕੋਲ ਖੜਾ ਸੰਘੋਲ ਇਹ 20-25-30 ਸਾਲ ਨਾਲ ਪੁਰਾਣਾ ਸ਼ੁਰੂ ਕੀਤਾ ਅੱਜ ਤੱਕ ਉਹਦੇ ਕੁਛ ਵੀ ਨਹੀਂ ਸੀ ਕੀਤਾ ਮੈਂ ਹੁਣ ਮਾੜਾ ਜਿਹਾ ਹਿੰਮਤ ਮਾਰਨੀ ਸ਼ੁਰੂ ਕੀਤੀ ਇਹਦੀ ਸਾਰੀ ਕੀਤੀ ਆਪਣੀ ਨਿਸ਼ਾਨਦੇਹੀ ਵਗੈਰਾ ਦੁਬਾਰਾ ਸ਼ੁਰੂ ਕਰਾਈ ਹੈ ਤਾਂ ਇਹ 'ਤੇ ਮੈਂ ਕੰਮ ਕਰਾਉਣਾ ਸ਼ੁਰੂ ਕੀਤਾ ਹੈਗਾ ਇੱਥੇ ਤਾਂ ਜੋ ਆਇਆ ਸੋ ਚੱਲੀ ਗਿਆ ਦੱਬੋ ਦੱਬੋ ਦੱਬੀ ਆਪਣਾ ਜਿਵੇਂ ਜਿਹਦਾ ਦਿਲ ਕਰਿਆ ਆਪਣਾ ਉਵੇਂ ਹੀ ਚੱਲੀ ਗਿਆ ਇੱਥੇ ਰੁਕਿਆ ਨਹੀਂ ਨਾ ਸਿਲਾਈ ਮਸ਼ੀਨ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਬਣਾਈ ਸੀ ਇੱਥੋਂ ਹੀ ਬਿਲੋਂਗ ਕਰਦੇ ਸੀ ਹੈ ਨਾ ਏਸ਼ੀਆ ਦੀ ਪਹਿਲੀ ਸਿਟੀ ਰਹੀ ਉਸ ਦੇ ਬਾਵਜੂਦ ਇਹ ਇੰਡਸਟਰੀ ਦੇ ਮਾਮਲੇ ਵਿੱਚ ਡਿਵਲਪ ਕਿਉਂ ਨਹੀਂ ਹੋ ਪਾਇਆ ਇਹ ਕੀ ਹੁੰਦਾ ਮੈਂ ਫਿਰ ਜਦੋਂ ਲੋਕਲ ਲੀਡਰਸ ਜਿਹੜੇ ਹੋਣ ਮੰਨ ਲਓ ਤੁਸੀਂ ਮੇਰੇ MLA ਮੈਂ ਤੁਹਾਡਾ ਲੋਕਲ ਲੀਡਰ ਉਰੇ ਏਰੀਏ ਦਾ ਮੈਂ ਚਾਹਾਂ ਕਿ ਤੁਸੀਂ ਮੇਰੇ ਘਰ ਤੱਕ ਆਓ ਮੇਰੇ ਘਰੋਂ ਹੀ ਚੱਲ ਜਾਓ ਬਾਕੀ ਦੀ ਲੋੜ ਨਹੀਂ ਬਾਕੀ ਥੱਲੇ ਪਿੱਛੇ ਵਾਲੇ ਸਾਰੇ ਮੇਰੇ ਨਾਲ ਹੀ ਨੇ ਉਦੋਂ ਡਿਸਟਰੋਏ ਹੋ ਜਾਂਦਾ ਸਾਰਾ ਜਿਹੜੇ ਸਾਡੇ ਇੱਥੇ ਲੋਕਲ ਲੀਡਰਸ ਰਹੇ ਉਹਨਾਂ ਨੇ ਲੀਡਰਾਂ ਨੂੰ ਨੀਚੇ ਥੱਲੇ ਆਉਣ ਦਿੱਤਾ ਵੱਡੇ ਲਈ ਉਹਨਾਂ ਨੂੰ ਦੱਸਿਆ ਹੀ ਨਹੀਂ ਕਿ ਸਾਡੀਆਂ ਸਾਡੇ ਕੋਲ ਐਡੀ ਐਡੀ ਚੀਜ਼ਾਂ ਹੈਗੀਆਂ ਨੇ ਸਾਡੇ ਕੋਲ ਆਹ ਫੈਕਟਰੀਆਂ ਹੈਗੀਆਂ ਨੇ ਸਾਡੇ ਕੋਲ ਫਲਾਣੀ ਫਲਾਣੀ ਚੀਜ਼ ਹੈਗੀ ਉਹਨਾਂ ਨੇ ਦੱਸਣ ਦੀ ਕਿਸੇ ਨੂੰ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜੇ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਗਵਰਨਮੈਂਟ ਕੁਛ ਨਾ ਕੁਛ ਕਰਦੀ ਕੁਛ ਫਾਟਕ ਪੈ ਜਾਂਦੇ ਸੀਗੇ ਇੱਧਰੋਂ ਗੋਬਿੰਦਗੜ੍ਹ ਮਰਿੰਡੇ ਵਾਲਾ ਫਾਟਕ ਪੈਂਦਾ ਸੀ ਇੱਧਰੋਂ ਇਹ ਬਹੁਤ ਚੀਜ਼ਾਂ ਜਿਹੜੀਆਂ ਬਿਜ਼ਨਸ ਲਈ ਹੁੰਦੀਆਂ ਨੇ ਸਾਡੇ ਉਰੇ ਇੰਡਸਟਰੀ ਲਈ ਹੈਗੀ ਆ ਜ਼ਮੀਨ ਹੈਗੀ ਆ ਫੋਕਲ ਪੁਆਇੰਟ ਨਾਂ ਦਾ ਉਹ ਦੱਬੀ ਹੋਈ ਆ ਇੱਥੇ ਇੰਡਸਟਰੀ ਲਈ ਫੋਕਲ ਪੁਆਇੰਟ ਕੱਟੇ ਹੋਏ ਨੇ ਘਰ ਪਾ ਲਏ ਲੋਕਾਂ ਨੇ ਮਤਲਬ ਇੱਥੇ ਤਾਂ ਹੁਣ ਜੇ ਮੈਂ ਕਰਦਾ ਤਾਂ ਕਹਿੰਦੇ ਨੇ ਹੈਪੀ ਪਤਾ ਨਹੀਂ ਕਿਹੜੀਆਂ ਜਿੱਦਾਂ ਕੱਢ ਰਿਹਾ ਇਹ ਜਿੱਦਾਂ ਕੱਢਣਾ ਨਹੀਂ ਹੁੰਦਾ ਲੋਕਾਂ ਲਈ ਕੰਮ ਕਰਨ ਦੀ ਗੱਲ ਹੁੰਦੀ ਆ ਸੋ ਤੁਸੀਂ ਦੇਖਿਓ ਮੈਂ ਇੱਥੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਮੈਨੂੰ ਕਹਿੰਦਾ ਹੈਪੀ ਕੰਮ ਬੰਦ ਕਰ ਰਿਹਾ ਮੈਂ ਕੰਮ ਨਹੀਂ ਬੰਦ ਕੀਤੇ ਮੈਂ ਸਿਰਫ ਇੱਕ ਕੁਸ਼ਚਨ ਪੁੱਛਦਾ ਤੁਹਾਡਾ ਕੋਈ ਜਵਾਬ ਹੈ ਕਹਿੰਦੇ ਕਿ ਮੈਂ ਕਿਹਾ ਪੁਰਾਣਾ ਰਿਕਾਰਡ ਦੇ ਦਿਓ ਕਿੰਨੇ ਪੈਸੇ ਲੱਗੇ ਨੇ ਅਗਲੇ ਨਵੇਂ ਲੈ ਲਓ ਦੱਸੋ ਗਲਤ ਹੈ ਜੀ ਹੈ ਹੀ ਨਹੀਂ ਕਿਸੇ ਸਰਪੰਚਾਂ ਨੂੰ ਕੁਛ ਸਰਪੰਚਾਂ ਨੂੰ ਇਹ ਨਹੀਂ ਪਤਾ ਸਾਡੇ ਪੈਸਾ ਕਿੰਨਾ ਲੱਗ ਗਿਆ ਨਾ ਸੈਕਟਰੀ ਨੂੰ ਪਤਾ ਹੋਵੇ ਸੈਕਟਰੀ ਨੂੰ ਪੁੱਛ ਲਓ ਲੱਭਦੇ ਨਹੀਂ ਮਤਲਬ ਹਾਲਾਤ ਇੱਦਾਂ ਦੇ ਹੋਏ ਪਏ ਨੇ ਤੁਸੀਂ ਮਤਲਬ ਮੈਂ ਕੀ ਕਹਾਂ ਹੁਣ ਮੈਂ ਲੱਗਦਾ ਬੁਰਾ ਕਿਉਂ ਲੱਗਦਾ ਮੈਂ ਹਿਸਾਬ ਮੰਗਦਾ ਮੈਂ ਕਹਿੰਦਾ ਮੇਰੇ ਤੋਂ ਵੀ 5 ਸਾਲ ਬਾਅਦ ਮੰਗਣਾ ਲੋਕਾਂ ਨੇ 5 ਸਾਲ ਬਾਅਦ ਕਿੱਥੇ ਦੇਖਦੇ ਹੋ ਬੱਸੀ ਪਠਾਣਾ ਨੂੰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜੀ ਮੈਂ 5 ਸਾਲ ਤੋਂ ਪਹਿਲਾਂ ਹੀ ਇਹਨੂੰ ਬੱਸੀ ਪਠਾਣਾ ਹਲਕੇ ਨੂੰ
मैं फिर कह रहा भी एक नक्शे तो लैके आऊँ दिखाऊँगा कि बसी पठाना कुछ है ये मैं कोशिश लग्या पूरी कर मैं पता भी मैं जे किसी चीज़ के मगर पै जाना कोशिश ना करता शिद्दत ना करता मैं अचीव करना तो मैं करूँगा जरूर। सोशल मीडिया से किन्ने एक्टिव हो? ਠੀਕ ਹੈ ਜੀ ਬਸ ਜਿੰਨਾ ਕੁ ਟਵਿੱਟਰ ਫੇਸਬੁੱਕ ਟਵਿੱਟਰ ਬਹੁਤ ਘੱਟ ਚਲਾਉਂਦਾ ਮੈਨੂੰ ਪਤਾ ਨਹੀਂ ਕਿਉਂ ਨਾ ਮੈਂ ਅਸਲ 'ਚ ਮੈਂ ਘੱਟ ਆਪ ਖੁਦ ਘੱਟ ਚਲਾਉਂਦਾ ਟਵਿੱਟਰ ਸੋਸ਼ਲ ਮੀਡੀਆ ਚਲੋ ਮੇਰਾ ਜਿਹੜੇ ਮੇਰੇ ਫੈਮਿਲੀ ਆ ਉਹ ਚਲਾਉਂਦੇ ਆ ਮੈਂ ਆਪ ਕਦੇ ਜਿੱਦਣ ਮੈਨੂੰ ਲੱਗਿਆ ਵੀ ਮਾੜੀ ਜੀ ਵਧੀਆ ਜੀ ਕੋਈ ਮੇਰੀ ਫੋਟੋ ਆ ਗਈ ਉਹ ਮੈਂ ਜ਼ਰੂਰ ਪਾ ਦਿੰਦਾ। ਨਹੀਂ ਕਨੈਕਟ ਕਿੱਦਾਂ ਕਰਦੇ ਹੋ ਬੱਸੀ ਪਠਾਨਾ ਦੇ ਲੋਕਾਂ ਨੂੰ ਆਪਣੇ ਨਾਲ ਕਿ ਮੈਂ ਇਹ ਕਰਨ ਨਾਲ ਜਾ ਰਿਹਾ ਹਾਂ? ਗਰੁੱਪਸ ਗਰੁੱਪਸ ਬਣੇ ਹੋਏ ਨੇ ਸਾਡੇ। ਅੱਛਾ ਵਟਸਐਪ? ਹਾਂ ਵਟਸਐਪ ਗਰੁੱਪਸ ਨੇ ਮੇਰੇ ਕੋਲ ਬਹੁਤ ਗਰੁੱਪਸ ਨੇ ਮੇਰੇ ਕੋਲ ਵਟਸਐਪ ਬਣੇ ਹੋਏ ਪਿੰਡਾਂ ਦੇ ਬਣੇ ਹੋਏ ਨੇ ਜੀ ਪਿੰਡਾਂ ਦੇ ਵਿੱਚ 10-10 15-15 ਮੁੰਡਿਆਂ ਦੇ ਸਾਡੇ ਗਰੁੱਪ ਨੇ ਉਹਨਾਂ ਨੂੰ ਮੈਂ ਕਨੈਕਟੀਵਿਟੀ ਰੱਖਦਾ ਉਹਨਾਂ ਨਾਲ ਤਕਰੀਬਨ ਮੈਨੂੰ ਉਹ ਸਾਰੇ ਵਟਸਐਪ 'ਤੇ ਕਨੈਕਟੀਵਿਟੀ ਰੱਖਦੇ ਨੇ ਮੇਰੇ ਨਾਲ। ਠੀਕ ਆ ਮੈਂ ਦੇਖ ਲੈਂਦਾ ਨੈਗੇਟਿਵ ਨਹੀਂ ਰਿਵਰਟ ਕਰ ਪਾਉਂਦਾ ਮੈਂ ਸੋਸ਼ਲ ਮੀਡੀਆ ਆਪ ਜ਼ਿਆਦਾ ਦੇਖਦਾ ਮੈਂ ਦੂਜੇ ਤੋਂ ਘੱਟ ਕਰਾ ਕੇ ਨਾ ਮੈਨੂੰ ਤਾਂ ਹੀ ਮੈਨੂੰ ਟਾਈਮ ਵੱਧ ਲੱਗਦਾ ਕਾਰਨ ਕੀ ਹੈ ਮੈਨੂੰ ਐਂ ਵੀ ਕੋਈ ਗਲਤ ਨਾ ਹੋ ਜਾਵੇ ਕੁਛ ਇੱਦਾਂ ਨਾ ਹੋਵੇ ਕਿਉਂਕਿ ਅਸੀਂ ਵੀ ਆਰ ਐਟ ਅ ਲਰਨਿੰਗ ਸਟੇਜ। ਬਟ ਇੱਥੇ ਤਾਂ ਤੁਸੀਂ ਦੇਖੋ ਪੋਲੀਟੀਸ਼ੀਅਨ ਸਾਰੇ ਸੋਸ਼ਲ ਮੀਡੀਆ ਟਵਿੱਟਰ ਦੇ ਤਾਂ ਸਾਰੇ ਹੀ ਉਹ ਫੋਲੋ ਕਰਦੇ ਆ ਇੱਕ ਦੂਜੇ ਨੂੰ ਤੇ ਟਵੀਟਸ ਫੋਲੋ ਕਰਦੇ ਆ। ਬੋਲਦੇ ਹੀ ਬਹੁਤ ਨੇ ਜੀ ਕੀ ਕਰੀਏ ਤੁਸੀਂ ਦੇਖੋ ਹੁਣ ਆ ਜਿਹੜੇ ਪੁਰਾਣੇ ਆ ਕਾਂਗਰਸੀ ਨੇ ਯਾਰ ਉਹ ਇੱਕ ਹੁਣ ਮੈਂ ਕੀ ਨਾ ਲਵਾਂ ਕਈ ਤਾਂ ਇਹ ਜਿਹੜੇ ਗੱਡੀ 'ਚ ਬੈਠੇ ਸੌਂਦੇ ਬਾ ਉਹਨਾਂ ਨੇ ਹੋਰ ਕੁਛ ਨਹੀਂ ਕਰਨਾ ਜਾਂ ਟਵੀਟ ਕਰਨਾ ਜਾਂ ਲਾਈਵ ਹੋ ਕੇ ਬੋਲ ਦੇਣਾ ਬਸ ਇਹ ਇਦੋਂ ਬਾਅਦ ਉਹਨਾਂ ਦੇ ਹਲਕੇ 'ਚ ਕੋਈ ਕਾਰਗੁਜ਼ਾਰੀ ਨਹੀਂ ਕੋਈ ਕੁਛ ਨਹੀਂ ਮਤਲਬ ਮੈਂ ਤੁਹਾਨੂੰ ਲੱਗਦਾ ਪੰਜਾਬ 'ਚ ਸਭ ਤੋਂ ਜ਼ਿਆਦਾ ਟਵਿੱਟਰ ਸਤ ਕੌਣ ਯੂਜ਼ ਕਰਦਾ ਹੈ ਸੋਸ਼ਲ ਮੀਡੀਆ ਤੋਂ ਕੌਣ ਸਾ ਚੀਜ਼ ਨੇ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਹੈ? ਪਤਾ ਹੀ ਹੈ ਜੀ ਤੁਹਾਨੂੰ ਕਿਹੜੇ ਲੱਗੇ ਰਹਿੰਦੇ ਦੇ ਤੇਰੇ ਦੀ ਲੈ ਤੇਰੇ ਦੀ ਹੈਂ ਉਹਨਾਂ ਦਾ ਕੰਮ ਇਹ ਹੈ ਵੀ ਜਿਹਨੂੰ ਉਹਨੂੰ ਮਾੜਾ ਹੀ ਕਹੀ ਜਾਣਾ ਬਸ ਉਹ ਫਲਾਣਾ ਜੀ ਮਾੜਾ ਜੀ ਫਲਾਣਾ ਮਾੜਾ ਜੀ ਉੱਦਾਂ ਹੀ ਡਾਟੇ ਕੱਢ ਲਿਆ ਜੀ ਫਲਾਣਾ ਕਰ ਲਿਆ ਜੀ। ਤੁਹਾਨੂੰ ਯਾਦ ਹੋਏਗਾ ਆਮ ਆਦਮੀ ਪਾਰਟੀ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਉਹੀ ਲੈ ਕੇ ਆਈ ਲੋਕਾਂ ਦੇ ਵਿੱਚ। ਬਿਲਕੁਲ ਤੇ ਅਸੀਂ ਮੈਂ ਫੇਰ ਕਹਿ ਰਿਹਾ ਅਸੀਂ ਪੋਜ਼ਿਟਿਵ ਕਰਦੇ ਹਾਂ ਅਸੀਂ ਨੈਗੇਟਿਵਿਟੀ ਦੇ ਵਿੱਚ ਨਹੀਂ ਜਾ ਰਹੇ ਅੱਜ ਅਸੀਂ ਜੇ ਕੁਛ ਕਰਦੇ ਹਾਂ ਤਾਂ ਅਸੀਂ ਦੱਸਦੇ ਹਾਂ ਅਸੀਂ ਲੋਕਾਂ ਨੂੰ ਤੁਸੀਂ ਦੇਖੋ ਕਦੇ ਇੱਦਾਂ ਹੋਇਆ ਸੀਗਾ ਕਿ ਮੁੱਖ ਮੰਤਰੀ ਬਾਰੇ ਪੁੱਛਿਆ ਜਾਵੇ ਕਿਹੜਾ ਚਿਹਰਾ ਹੋਊਗਾ ਸੋਸ਼ਲ ਮੀਡੀਆ 'ਤੇ ਆਇਆ ਸੀ ਜਾਂ ਨਹੀਂ ਆਇਆ ਸੀ? ਇਹ ਤਾਂ ਫਸਟ ਟਾਈਮ ਹੋਇਆ ਸੀ। ਅੱਜ ਤੱਕ ਤੁਹਾਨੂੰ ਕਿਸੇ ਨੇ ਪੁੱਛਿਆ ਗਿਆ ਵੀ ਤੁਹਾਡਾ ਮੁੱਖ ਮੰਤਰੀ ਕੌਣ? ਤੁਹਾਨੂੰ ਪੁੱਛਿਆ ਸੀ ਕਿਸੇ ਨੇ? ਆਮ ਆਦਮੀ ਪਾਰਟੀ ਨੇ ਪੁੱਛਿਆ ਵੀ ਤੁਹਾਡਾ ਮੁੱਖ ਮੰਤਰੀ ਕੌਣ ਹੋਊਗਾ? ਕੋਈ ਵੀ ਅਸੀਂ ਫੈਸਲਾ ਲਾਗੂ ਕਰਨਾ ਅਸੀਂ ਲੋਕਾਂ ਦੀ ਰਾਏ ਲੈਂਦੇ ਹਾਂ ਜਾਂ ਨਹੀਂ ਲੈਂਦੇ? ਹਾਂ ਜਾਂ ਨਾ ਦੱਸਿਓ ਇਹੀ ਆ ਅਸੀਂ ਕੀ ਗੱਲ ਅਸੀਂ ਇਹਨੂੰ ਪੋਜ਼ਿਟਿਵ 'ਚ ਕਰਦੇ ਹਾਂ ਉਹਨਾਂ ਦਾ ਕੰਮ ਕੀ ਹੈ ਜੀ ਬਸ ਆਪਣਾ ਟੌਰ ਟੂਰ ਜੀ ਕੱਢ ਕੇ ਬਹਿ ਕੇ ਬੋਲ ਲਏ ਬੋਲਣਾ ਬੋਲਣਾ ਜਾਂ ਆਉਂਦਾ ਉਹਦੇ ਚਾਰ ਅੱਖਰ ਅੰਗਰੇਜ਼ੀ ਦੇ ਵੀ ਸੋਹਣੇ ਬੋਲ ਲੈਂਦੇ ਨੇ ਇਹਦੇ ਗਾਣੇ ਸੀ ਐਮ ਸਾਹਿਬ ਦੇ ਗਾਣੇ ਸੋ ਕੁਝ ਜ਼ਿਆਦਾ ਕਰ ਲੈਂਦੇ ਨੇ ਅਸੀਂ ਥੋੜ੍ਹਾ ਜਿਹਾ ਘੱਟ ਕਰਦੇ ਹਾਂ। ਹਾਂ ਹਾਂ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਰਹੇ ਹੋ? ਨਹੀਂ ਬਹੁਤ ਨੇ ਜੀ ਹੁਣ ਕਰੀਏ ਕੀ ਜੀ ਉਹ ਵੱਡੇ ਲੀਡਰ ਨੇ ਕੀ ਕਰੀਏ ਹੈ ਨਾ ਇਹਨਾਂ ਦਾ ਹੁਣ ਮੈਨੂੰ ਕੋਈ ਸ਼ਾਇਰਾਨਾ ਅੰਦਾਜ਼ 'ਚ ਵੱਧ ਬੋਲਦਾ ਕੋਈ ਅਸੀਂ ਉੱਚੀ ਉੱਚੀ ਬੋਲ ਕੇ ਮੈਂ ਕਰ ਬੋਡੀ ਲੈਂਗੁਏਜ ਇੱਦਾਂ ਦੀ ਕਰਨੀ ਜਿਵੇਂ ਮਤਲਬ ਕੀ ਆ ਯਾਰ ਅਸੀਂ ਲੋਕਾਂ ਨੂੰ ਕੀ ਦਿਖਾਉਣਾ ਚਾਹੁੰਦੇ ਹਾਂ? ਲੋਕ ਤਾਂ ਭੁੱਖੇ ਮਰ ਰਹੇ ਨੇ ਹੈਂ ਲੋਕਾਂ ਨੂੰ ਤਾਂ ਰੁਜ਼ਗਾਰ ਨਹੀਂ ਮਿਲ ਰਿਹਾ ਲੋਕ ਤਾਂ ਆਟੇ ਦਾਲ ਲਈ ਭੱਜੇ ਤੁਸੀਂ ਡਿੰਗਾਂ ਮਾਰੀ ਜਾਂਦੇ ਵੱਡੀਆਂ ਵੱਡੀਆਂ। ਕ੍ਰਿਟੀਸਿਜ਼ਮ ਨੂੰ ਕਿੱਦਾਂ ਲੈਂਦੇ ਹੋ ਜਦ ਕੋਈ ਕ੍ਰਿਟੀਸਾਈਜ਼ ਕਰਦਾ? ਬਹੁਤ ਸਵਾਦ ਹੋਇਆ ਬੜਾ ਵਧੀਆ ਲੱਗਦਾ ਮੈਨੂੰ ਬਹੁਤ ਲੋਕ ਬੋਲਦੇ ਨੇ ਹੁਣ ਵੀ ਅੱਜ ਆ ਤੁਹਾਡੀ ਇਹਦੇ ਜਦੋਂ ਆ ਪੈਣੀਆਂ ਦੇਖੋ ਕਿੰਨੇ ਨੇ ਬੋਲਣਾ ਮੈਂ ਕਹਿੰਦਾ ਮੈਨੂੰ ਹੱਸਦੇ ਬਾਈ ਇੱਦਾਂ ਬੋਲਦਾ ਮੈਂ ਯਾਰ ਤੂੰ ਦੇਖ ਵੀ ਆਪਾਂ ਨੂੰ ਚੈੱਕ ਕਰ ਰਿਹਾ ਬੰਦਾ ਇਹਦਾ ਮਤਲਬ ਜੇ ਮੇਰੇ 'ਤੇ ਉਹ ਬੋਲ ਰਿਹਾ ਮੈਨੂੰ ਆਪਣੇ ਉਹਨੇ 2-3 ਵਾਰ ਸੋਚੀ ਹੋਊ 4 ਵਾਰ ਲਾਈਨ ਮੈਨੂੰ ਆਪਣੇ ਉਹਨੇ 10-15-20 ਮਿੰਟ ਦਿੱਤੇ ਨੇ ਆਪਣੀ ਜ਼ਿੰਦਗੀ ਦੇ ਮੈਂ ਕਿਹਾ ਯਾਰ ਆਪਾਂ ਵਧੀਆ ਉਹਦੇ ਨਾਲ ਵਿਸ਼ਵਾਸ ਕਰਦੇ ਹੋ ਨਾ ਉਹਨਾਂ ਦਾ ਹੁੰਦਾ ਜਿਹੜੇ ਬਦਨਾਮ ਹੁੰਦੇ? ਬਿਲਕੁਲ ਹਾਂ ਪਰ ਬਦਨਾਮੀ ਚੱਜਦੀ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਕੋਈ ਇਹਦਾ ਦੀ ਬਦਨਾਮੀ ਤੋਂ ਪਰਮਾਤਮਾ ਬਚਾਵੇ ਠੀਕ ਆ ਤੇ ਇਹ ਨਹੀਂ ਠੀਕ ਆ ਬਦਨਾਮ ਨਹੀਂ ਗਲਤ ਬੋਲਦੇ ਨੇ ਕਿ ਉਹ ਠੀਕ ਆ ਲੋਕ ਜਵਾਬ ਦੇ ਦਿੰਦੇ ਨੇ ਆਪੇ ਕਿ ਤੁਸੀਂ ਆਪ ਕਿਹਾ ਕਿ ਮੈਂ ਸਿੱਧੇ ਜਵਾਬ ਦੇ ਦਿੰਦਾ ਜਿਹੜਾ ਮੇਰੇ ਦਿਲ 'ਚ ਉਹ ਮੇਰੀ ਜ਼ੁਬਾਨ 'ਚ ਬਿਲਕੁਲ ਮੈਂ ਬਿਲਕੁਲ ਕਹਿ ਦਿੰਦਾ ਤੁਸੀਂ ਅਗਲੇ ਨੂੰ ਲੱਗਦਾ ਹੋਊਗਾ ਹਾਂ ਬਦਨਾਮੀ ਕਈ ਤਰ੍ਹਾਂ ਦੀ ਹੁੰਦੀ ਆ ਬਦਨਾਮੀ ਇਹ ਤਾਂ ਉੱਦਾਂ ਦੀ ਕੋਈ ਨਹੀਂ ਹੋਣੀ ਚਾਹੀਦੀ ਜਿੱਥੇ ਲੋਕਾਂ ਨੂੰ ਲੱਗੇ ਹਾਂ ਫਿਰ ਵੀ ਜੇ ਕਿਸੇ ਨੂੰ ਲੱਗਦਾ ਲੱਗੀ ਜਾਵੇ ਯਾਰ ਪਰ ਤੁਹਾਨੂੰ ਨਹੀਂ ਲੱਗਦਾ ਪੋਲੀਟਿਕਸ 'ਚ ਆ ਕੇ ਬੰਦੇ ਨੂੰ ਡਿਪਲੋਮੈਟਿਕ ਹੋਣਾ ਚਾਹੀਦਾ ਕਿ ਸਮ ਟਾਈਮ ਤੁਹਾਡੇ ਅਗੇਂਸਟ ਵੀ ਜਾ ਸਕਦੀ ਉਸ ਚੀਜ਼? ਐਕਚੁਅਲੀ ਤਾਂ ਕੀ ਆ ਸਾਡੀ ਸਭ ਤੋਂ ਵੱਡੀ ਗੱਲ ਕਿੱਥੇ ਆ ਗਈ? ਡਿਪਲੋਮੈਸੀ ਡਿਪਲੋਮੈਟਿਕ ਠੀਕ ਆ ਕੰਜ਼ਰਵੇਟਿਵ ਰਹਿਣਾ ਸੋਚ ਕੇ ਬੋਲਣਾ ਟ੍ਰਡੀਸ਼ਨਲ ਵੇਜ ਸਿਸਟਮ 'ਚ ਰੱਖਣਾ ਲਿਬਰਲ ਘੱਟ ਹੋਣਾ ਇਹ ਪੋਲੀਟਿਕਸ ਦੀਆਂ ਨਿਸ਼ਾਨੀਆਂ ਆਉਂਦੀਆਂ ਨੇ ਪਰ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਪੋਲੀਟਿਕਸ ਚੇਂਜ ਹੋ ਚੁੱਕੀ ਆ ਉਹ ਡਿਪਲੋਮੈਸੀ ਠੀਕ ਆ ਯਾਰ ਮੇਰੀ ਪੋਲੀਟੀਸ਼ੀਅਨ ਨਾਲ ਡਿਪਲੋਮੈਸੀ ਹੈਗੀ ਹੈ ਬਰਾਬਰ ਦੇ ਪੋਲੀਟੀਸ਼ੀਅਨ ਨੇ ਤੁਹਾਡੇ ਨਾਲ ਕਾਹਦੀ ਮੇਰੀ ਲੋਕ ਪੱਤਰਕਾਰਾਂ ਤੋਂ ਮੈਂ ਦੇਖਿਆ ਪੱਤਰਕਾਰਾਂ ਨੂੰ ਘੱਟ ਬੋਲਣਾ ਚਾਹੀਦਾ ਇਹਨਾਂ ਮੈਂ ਯਾਰ ਕੀ ਮੰਨ ਲਾ ਕੀ ਜਰ ਜੇ ਹੁਣ ਕੋਈ ਵਧੀ ਤੇ ਤੁਸੀਂ ਮੇਰੇ ਲਈ ਕੋਈ ਮਾੜਾ ਕਰਨ ਆ ਗਏ ਮੈਂ ਰੋਕ ਥੋੜ੍ਹੀ ਸਕਦਾ ਉਹਨੂੰ ਤੁਹਾਡੀ ਸੋਚ ਆ ਤੁਸੀਂ ਕੁਛ ਵੀ ਛਾਪ ਦਿਓ ਕੁਛ ਵੀ ਕਰ ਲਓ ਜਾਨੂੰ ਮੈਂ ਜਵਾਬ ਦਿੰਦਾ ਉਹਨੂੰ ਤਾਂ ਮੈਂ ਬਦਨਾਮ ਹੋ ਜਾਂਦਾ ਠੀਕ ਆ ਪਰ ਮੈਂ ਤਾਂ ਆਪਣੇ ਮਨੋਂ ਸੱਚਾ ਨਾ ਮੈਨੂੰ ਪਤਾ ਮੈਂ ਆਪ ਦੇ
फैमिली नाल आपके परिवार नाल आपके यार दोस्तों अपने हल्के अख मिलाने जो कहेंगे बस गल खत्म डिप्लोमैटिक होना हाँ नो डाउट डिप्लोमेसी कितने चलती आ जो तुम आपके बराबर के कंपीटीटर ना खड़े हो आपके बराबर के कंपीटीटर उत्थे डिप्लोमेसी चल रही उत्थे नहीं हाँ लोगों नाल कहदी डिप्लोमेसी अच्छा पंजाब दे विच हुण आने वाले टाइम दे विच स्ट्रोंग ओपोजिशन कौन उभर रहा है हले कोई नहीं बगा हजे 10-15 साल किसी की सच्चाई है ये नहीं कहना मैं अपनी पार्टी की गल करता पैर नहीं लाऊंगा क्योंकि लोगों असी 5 साल के कुछ देना है ओपोजिशन तो भुल ही जाए स्ट्रोंग बहुत की गल करती ओपोजिशन नहीं हूँ नहीं नहीं करना हूँ भी तो हैगी हूँ की करते हैं मैनू दसो असी नहीं पाया कानून अपना काम करता है देखो लॉ अपना काम करता है असी किसी नहीं पाते है तो असी कह दीए फलाना सानू पालूगा फलाना इदा नहीं होंगे हर कानून ने लॉ ने देखो अपना काम करना असी उस कोई इंटरफेरेंस नहीं करते जो कानून ने करना लॉ ने करना उन्होंने करना असी किसी नहीं करते हम विजिलेंस कोई माड़े मोटा महकमा तो है नहीं कुछ तो गलत होगा ही ना इदा तो विजिलेंस भी जा किसी हथ नहीं पा सकती है सो वो अपना कानून काम करता वो सू कोई नहीं विजिलेंस की करता थोड़े सामने लगता दस दो नहीं मैं तो इस करके पूछ रही हूँ देखो अकाली दल देख लिए लोगों ने तुम हूँ भी देख रहे हो उन्होंने आपसी कलेश चल रहे हैं कांग्रेस का हाल सारे देख जाते छड़ के कोई आम आदमी पार्टी ज्वाइन कर रहा है कोई अपना अलग ही इंडिपेंडेंट जा रहा है कई लोग छड़ के बीजेपी ज्वाइन कर गए हैं बीजेपी को कितने देख रहे हो पंजाब के आने वाले समय के देखो जी पहला तो तुम कि जाने के लिए धरती तलाशनी पैंती है अजे तो बहुत औखा धरती तलाशनी हो हजे बहुत औखा क्योंकि लोग विश्वास करना छड़ गए पंजाब दे लोग खासकर जो तो किसानी अंदोलन का मसला होया हो रहा है ठीक है कुछ लीडर अपने आप को सेव करन दे लई या मान लो बड़ी पार्टी दे उहदे च जाण लई करदे ने पर पंजाब दे लोग मैनू नहीं लगता जल्दी हाँ कल की हुंदा मैनू नहीं पता पर 10 साल की आने वाले 10-15 साल की मैं कहना हाँ समा लगेगा किसी वह भी जे असी कोई काम गलत करांगे या असी नहीं पर मैनू लगता भी जिहड़े हिसाब नाल सीएम साहब लगे हुए ने वह नहीं किसी नूं होणा वो आप ही कह देंगे तुसीं चिंता ना करो कम आपां लोकां लई करने कौन सीम है जी गल कुछ मैं तुम हाँ जिन्होंने बर्थडे विश किया सुनो उन्होंने की किया कहते हैप्पी गल याद रखी मैं कहना अपने देश लई काम करना कहिंदा तेरी अज कमिटमेंट याद रखी अपनी देश पंजाब अपना देश उस लोगों का कौन कहते हैं यार बर्थडे वाले दिन मैंने याद कराया उन्होंने गल ये बहुत वड्डी गल हुंदी है वह आप ही इनकलाबी सोचते मालक देश नूं अगे रखदे हाँ आप इनकलाबी सोचते मालक ने नहीं तुम देखो जी वह सही ने उन्हों की नीयत सही आ परमात्मा तो उन्होंने हथ इन्ने घट वक्फे सीएम आ भी एडे वे मार्जिन के नाल इन्ने डायनमिक सिस्टम के नाल अरविंद केजरीवाल जी देखो किड्डा वड्डा सिस्टम तोड़ के उहदे च आए इन्नी छेती पार्टी ग्रो कर रही मतलब कुछ तो होगा ही ना कुछ तो परमात्मा भी चाहता ही सगा ना जो महाराज चाहता अकाल पुरख चाहता होता फिर चेंज आने समय ना सो इस करके चेंज आई है परमात्मा भी चाहता सी अंत हो चुकी है सो अंत होना भी जरूरी सी ना जी ते अंत तुसी कराया भी ते पंजाब दे विच नवी सरकार बनी रुपिंदर जी तुहाडे नाल गलबात कीती तुसी अपनी जिहड़ी तुहाडे थॉट्स हैं वो साडे नाल सांझी कीते ते बिना फिल्टर दे ये सब तो चंगी गल सीगी ते बहुत अच्छा लग्या तुहाडे नाल गलबात करके तुसी दस्या कि अपना विजन की है तुहाडा कि तुसी एक नक्शे ते लाना चाहते हो जानदे सुनिया हो गया लोगों ने बस्सी पठाना की है लेकिन शायद उस हिस्टोरिकल वे दे नाल बहुत घट लोग जानते हैं मैं आप इतने आई तो मैंने गूगल पढ़ना पाया पहले कि कितने है बस्सी पठाना हूँ एक नक्शे तुम लाओगे असं जरूर उम्मीद करते हैं एक अपने हल्के वासियों वास्ते कोई अपील करना चाहो कोई गल कहना चाहो तो वो तुम कर सकते हो मैं अपने हल्के वासियों का सब तो पहला तो धन्यवाद करना चाहना कि उन्होंने हमेशा मेरा साथ दिता मेरे ते इन्नी वड्डी बख्शिश की आ मैनू बहुत वड्डे मार्जिन दे नाल तकरीबन 38,000 वोटों के मार्जिन दे नाल जिताया सो मैं अपने हल्का वासियों नूं अपील करदा कि वीट करो आप सारे ने रल के जिनी मैनू लोड़ तुहाडी वोटां तों पहलां सी उन्नी मैनू लोड़ तुहाडी अज आ ते सारी उम्र मैनू तुहाडी लोड़ रहनी है मेरा साथ दिओ वेट करो तुहाडा अपना पुत्तां तुहाडा अपना भरा आपां रल के बसी पठाणा नूं तरक्की ते लैके जाणा खुश रहो तंदुरुस्त रहो परिवार दे विच अपने खुश रहो हमेशा धन्नवाद बिल्कुल तो ये सके साडे नाल MLA रुपिंदर सिंह हैप्पी पहला भी कई MLAs नाल गलबात कराई है तो इन्हों के थॉट्स से विजन क्योंकि यंग ने तो एक सोच लेके चल रहे अपने हल्के वास्ते उम्मीद यही कर दें कि अपने हल्के वास्ते जिहड़ी सोच रख रहे उसनों जरूर पूरा करन ते एक बदलाव जिहड़े पंजाब दे लोक बस्सी पठाना दे लोक लेकर आए ने वो बदलाव उन्हां नूं असल मायने दे विच ग्राउंड दे विच भी दिखन ते बस्सी पठाना तो कैमरा परसन राकेश दे नाल पूजा वर्मा पंजाब।